वाहिगुरु जी का खालसा वाहिगुरु जी की फतेह। यूके और विदेश विदेश सिख चैनल वेख रही सारिया संगतों का तुहाडा असीं सिख चैनल पर बहुत ही निघा स्वागत स्वागत करते हैं। जिमें कि हर शनिवार एवरी सैटरडे तुहाडे वास्ते इमीग्रेशन लॉ ये जिहड़ा असीं प्रोग्राम लैके हाजिर हुंदे हां जी, जो केवल लॉयन सोलिसिटर बर्मिंघम उन्हां दे वल्लों ये प्रोग्राम तुहाडे सवालों के जवाब और असीं लैके हाजिर हुंदे हां जी। सो तुहाडा प्यारे दर्शकों असीं एक बार बहुत ही निघा स्वागत करते हैं जी। तो सब तो पहला तुहानू मिलाइए जी साडे केवल लॉयन सोलिसिटर जिहड़े ने गुरजिंदर सिंह जी ते केवल सिंह जी, उन्हां दे नाल पहला असीं फतेह दी सांझ पाईए जी। वाहिगुरू जी का खालसा वाहिगुरू जी की फतेह। जी गुरजिंदर सिंह जी, तुहाडा बहुत स्वागत करते हैं असीं इस प्रोग्राम के, जिवें कि आपां हर सैटरडे ये प्रोग्राम करीदा। केवल सिंह जी, किवें टाइम तुहाडा किवें निकलिया जी, वीक जिहड़ी आ इस वेले समझ लो वीकेंड ही हुंदा सैटरडे, भी शाम पै गई आ। वैसे तो थोड़ा बड़ा मीह भी पैंदा सीगा। अच्छा, वैसे फिर भी बहुत सोहना दिन। मीह दे विच किदां महसूस करदे जो कि इंडिया मीह पैंदा हुंदा सी, आपां बड़े खुश हुंदे हुंदे सीगे भी मीह पाया, परमेश्वर पाया, जीवन सुखी बसाया। ਉਹ ਜਿੱਦਾਂ ਕਹਿੰਦੇ ਹੁੰਦੇ ਨਾ ਗਲੀਆਂ ਦੇ ਵਿੱਚ ਕਿ ਰੱਬਾ ਰੱਬਾ ਮੀਂਹ ਵਸਾ, ਸਾਡੀ ਕੋਠੀ ਦਾਣੇ ਪਾ। ਹਾਂਜੀ ਹਾਂਜੀ, ਉਹ ਸਮਾਂ ਬੜਾ ਯਾਦ ਆਉਂਦਾ ਆ, ਸਮਾਂ ਯਾਦ ਆਉਂਦਾ। ਤੇ ਜਦੋਂ ਇਹੋ ਜਿਹੀਆਂ ਗੱਲਾਂ ਆ, ਵੈਸੇ ਤਾਂ ਹੁਣ ਸਾਡੇ ਜਿਹੜੇ ਇੰਡੀਅਨ ਪੰਜਾਬੀ ਸਾਡੇ ਬੱਚੇ ਨੌਜਵਾਨ ਬੱਚੇ ਆ, ਖਾਸ ਕਰਕੇ ਉਹਨਾਂ ਦੇ ਵਿੱਚ ਬੜੀ ਇੱਕ ਭਾਵਨਾ ਜਿਹੜੀ ਕਿ ਬਣ ਗਈ ਆ ਕਿ ਅਸੀਂ ਯੂਕੇ ਜਾ ਕੇ ਵੱਸ ਜਾਈਏ। ਹਾਂਜੀ, ਕਿਉਂਕਿ ਜਦੋਂ ਇੱਥੇ ਬੱਚੇ ਆ ਜਾਂਦੇ ਆ, ਉਹਨਾਂ ਦਾ ਕੋਈ ਫਿਊਚਰ ਜਿਹੜਾ ਚੰਗਾ ਹੁੰਦਾ, ਉਹਨਾਂ ਦਾ ਭਵਿੱਖ ਜਿਹੜਾ ਉਹ ਬੜਾ ਵਧੀਆ ਬਣ ਜਾਂਦਾ ਆ। ਤੇ ਹਰ ਬੱਚਾ ਕੋਸ਼ਿਸ਼ ਕਰਦਾ ਵੀ ਅਸੀਂ ਕਿਸ ਤਰ੍ਹਾਂ ਇੱਥੇ ਯੂਕੇ ਵਿੱਚ ਪਹੁੰਚੀਏ, ਕਿੱਦਾਂ ਪਹੁੰਚੀਏ। ਸੋ ਪਿਆਰੇ ਦਰਸ਼ਕੋ, ਅੱਜ ਅਸੀਂ ਗੱਲਬਾਤ ਕਰਨ ਵਾਸਤੇ ਸਟੂਡੀਓ ਦੇ ਵਿੱਚ ਸਾਡੇ ਨਾਲ ਹਾਜ਼ਰ ਨੇ ਕੇਵਲ ਲਾਇਨ ਸੋਲਿਸਟਰ, ਤੇ ਗੱਲਬਾਤ ਕਰਨਗੇ ਤੁਸੀਂ। ਹਾਂਜੀ, ਆਪਣੇ ਸਵਾਲ ਜਿਹੜੇ ਆ ਉਹ ਜ਼ਰੂਰ ਤਿਆਰ ਕਰ ਲਓ ਜੀ, ਅਤੇ ਕਾਲ ਸਾਨੂੰ ਕਰਿਓ ਇਸ ਨੰਬਰ 'ਤੇ 0121-380-1050। ਔਰ ਦੂਸਰੀ ਗੱਲ, ਤੁਸੀਂ ਅਗਰ ਆਪਣਾ ਨਾਮ ਨਹੀਂ ਦੱਸਣਾ ਚਾਹੁੰਦੇ ਤਦ ਵੀ ਕੋਈ ਗੱਲ ਨਹੀਂ, ਤੁਸੀਂ ਕੇਵਲ ਸਿੱਧਾ ਸਵਾਲ ਹੀ ਪੁੱਛ ਸਕਦੇ ਹੋ ਕਿ ਆਹ ਤੁਹਾਡਾ ਸਵਾਲ ਹੈ ਜੀ, ਅਤੇ ਸਾਨੂੰ ਇਹਦਾ ਜਵਾਬ ਚਾਹੀਦਾ ਜੀ। ਔਰ ਤੀਸਰੀ ਗੱਲ ਇਹ ਹੈ ਕਿ ਤੁਸੀਂ ਜਿਹੜਾ ਜਵਾਬ ਸਾਨੂੰ ਸਵਾਲ ਕੋਈ ਕਰਨਾ ਜੀ, ਤੁਸੀਂ ਸਕਰੀਨ 'ਤੇ ਨੰਬਰ ਵੇਖ ਰਹੇ ਹੋ, ਉਸ ਨੰਬਰ ਦੇ ਉੱਤੇ ਵਟਸਐਪ ਜਿਹੜਾ ਹੈਗਾ ਜੀ, ਮੋਬਾਈਲ ਦਾ ਨੰਬਰ ਤੁਸੀਂ ਵੇਖ ਰਹੇ ਹੋ, ਉਹ 'ਤੇ ਵਟਸਐਪ 'ਤੇ ਤੁਸੀਂ ਸਾਨੂੰ ਟੈਕਸਟ ਵੀ ਕਰ ਸਕਦੇ ਹੋ। ਟੈਕਸਟ ਕਰਕੇ ਆਪਣਾ ਆਨਸਰ ਜਿਹੜਾ ਤੁਸੀਂ ਲੈ ਸਕਦੇ ਹੋ ਜੀ। ਸੋ ਇਹ ਤਿੰਨ ਤਰੀਕੇ ਨੇ ਕਿ ਤੁਸੀਂ ਆਪਣਾ ਸਵਾਲ ਜਿਹੜਾ ਉਹ ਸਾਨੂੰ ਪੁੱਛ ਸਕਦੇ ਹੋ। ਕਿਸੇ ਤਰ੍ਹਾਂ ਦਾ ਵੀ ਸਵਾਲ ਹੋਵੇ ਤੁਹਾਡਾ, ਤੁਸੀਂ ਕੋਈ ਬੱਚਾ ਇੰਡੀਆ ਤੋਂ ਮੰਗਾਉਣਾ, ਕੋਈ ਸਟੂਡੈਂਟ ਬੇਸ 'ਤੇ ਮੰਗਾਉਣਾ, ਕੋਈ ਵਰਕ ਪਰਮਿਟ 'ਤੇ ਮੰਗਾਉਣਾ, ਜਾਂ ਕੋਈ ਤੁਸੀਂ ਬੱਚਾ ਬੱਚੀ ਲੜਕਾ ਲੜਕੀ ਵਿਆਹ ਕੇ ਲਿਆਏ ਹੋ, ਤੁਸੀਂ ਉਹਦੇ ਵਾਸਤੇ ਕੋਈ ਪੁੱਛ ਗਿੱਛ ਕਰਨੀ ਆ, ਅੱਗੋਂ ਵੀਜ਼ਾ ਵਧਾਉਣਾ ਆ, ਜਾਂ ਕੋਈ ਵਿਜ਼ਟਰ ਤੁਹਾਡਾ ਇੱਥੇ ਆਇਆ ਉਹਦਾ ਵੀਜ਼ਾ ਤੁਸੀਂ ਵਧਾਉਣਾ ਆ, ਜਾਂ ਕਿ ਤੁਹਾਡੇ ਮਾਂ ਬਾਪ ਇੰਡੀਆ ਦੇ ਵਿੱਚ ਨੇ, ਉਹ ਇਕੱਲੇ ਹੀ ਨੇ, ਉਹ ਉੱਥੇ ਉਹਨਾਂ ਦੀ ਕੋਈ ਸੰਭਾਲ ਨਹੀਂ ਕਰ ਰਿਹਾ, ਉਹ ਤੁਹਾਡੇ 'ਤੇ ਡਿਪੈਂਡ ਨੇ, ਤੁਸੀਂ ਉਹਨਾਂ ਦੀ ਸੰਭਾਲ ਕਰ ਰਹੇ ਹੋ, ਉਹਨਾਂ ਨੂੰ ਤੁਸੀਂ ਮੰਗਾਉਣਾ ਚਾਹੁੰਦੇ ਹੋ, ਅਤੇ ਕੀ ਹੋ ਸਕਦਾ, ਕੀ ਬਣੇਗਾ, ਕੀ ਕਰਨਾ ਪਏਗਾ, ਉਹ ਜਵਾਬ ਤੁਹਾਨੂੰ ਅੱਜ ਗੁਰਜਿੰਦਰ ਸਿੰਘ ਜੀ, ਕੇਵਲ ਲਾਇਨ ਸੋਲਿਸਟਰ ਅਤੇ ਸਰਦਾਰ ਕੇਵਲ ਸਿੰਘ ਜੀ ਉਹ ਜਵਾਬ ਤੁਹਾਨੂੰ ਦੇਣਗੇ ਜੀ। ਅਤੇ ਨਾਲ ਹੀ ਇੱਕ ਗੱਲ ਹੋਰ ਮੈਂ ਇਹਦੇ ਐਡ ਕਰਦੇ ਹਾਂ ਕਿ ਤੁਸੀਂ ਜਿਹੜੀ ਬਿੱਲ ਕੋਈ ਬਣਾਉਣੀ ਆ ਜੀ, ਹੁਣ ਬਿੱਲ ਬੜੀ ਜ਼ਰੂਰੀ ਹੈ ਜੀ, ਕਿਉਂਕਿ ਇਸ ਮੁਲਕ ਦੇ ਵਿੱਚ ਬੰਦੇ ਦਾ ਕੋਈ ਵੀ ਕਈ ਵਾਰੀ ਕਹਿੰਦੇ ਐਤਵਾਰ ਨਹੀਂ ਹੁੰਦਾ ਵੀ ਕਿਸ ਵੇਲੇ ਕੀ ਹੋ ਜਾਏ ਕੁਛ। ਤੁਹਾਡੀ ਪ੍ਰੋਪਰਟੀ ਤੁਸੀਂ ਬਿੱਲ ਨਹੀਂ ਬਣਾਈ ਅਤੇ ਉਹ ਬੱਚਿਆਂ ਦੇ ਨਾਂ ਤੁਸੀਂ ਨਹੀਂ ਕਰਵਾਈ, ਜਾਂ ਤੁਸੀਂ ਜਿਹਨੂੰ ਵੀ ਚਾਹੁੰਦੇ ਦੇਣੀ ਚਾਹੁੰਦੇ ਆ ਆਪਣੀ ਪ੍ਰੋਪਰਟੀ ਨਹੀਂ ਕਰਵਾਈ, ਅਤੇ ਉਹ ਹੋ ਸਕਦਾ ਫਿਰ ਉਹ ਜਿਹੜੀ ਸਰਕਾਰ ਆ ਉਸ ਨੂੰ ਲੈ ਜਾਏ ਅਤੇ ਉਹ ਤੁਹਾਡੇ ਬੱਚਿਆਂ ਨੂੰ ਉਹਦੇ ਵਿੱਚੋਂ ਕੁਝ ਵੀ ਨਾ ਮਿਲੇ। ਸੋ ਇਸ ਕਰਕੇ ਤੁਸੀਂ ਬਿੱਲ ਜਿਹੜੀ ਆ ਉਹ ਜ਼ਰੂਰ ਬਣਵਾਇਓ, ਅਤੇ ਉਹਦੇ ਬਾਰੇ ਵੀ ਅੱਜ ਆਪਾਂ ਸਾਰੀਆਂ ਗੱਲਾਂ ਬਾਤਾਂ ਕਰਾਂਗੇ ਜੀ ਕਿ ਬਿੱਲ ਜਿਹੜੀ ਕਿਸ ਤਰ੍ਹਾਂ ਆਪਾਂ ਬਣਵਾਉਣੀ ਆ, ਅਤੇ ਇਸ ਤੋਂ ਇਲਾਵਾ ਹੋਰ ਵੀ ਆਪਾਂ ਕਈ ਗੱਲਾਂ ਬਾਤਾਂ ਜਿਹੜੀਆਂ ਇਮੀਗ੍ਰੇਸ਼ਨ ਦੇ ਮਸਲੇ ਨੇ ਤੁਹਾਡੇ, ਤੁਸੀਂ ਯੂਕੇ 'ਚ ਲੰਮੇ ਟਾਈਮ ਤੋਂ ਰਹਿ ਰਹੇ ਹੋ, ਪੱਕਾ ਹੋਣਾ ਚਾਹੁੰਦੇ ਹੋ, ਅਤੇ ਉਹਦੇ ਬਾਰੇ ਵੀ ਤੁਸੀਂ ਪੁੱਛ ਗਿੱਛ ਕਰਿਓ ਜੀ, ਔਰ ਤੁਸੀਂ ਵੀਜ਼ਾ ਵਧਾਉਣਾ ਆ ਉਹਦੇ ਬਾਰੇ ਪੁੱਛ ਗਿੱਛ ਕਰਿਓ ਜੀ। ਸੋ ਆਓ ਤੁਸੀਂ ਕਾਲਾਂ ਸਾਨੂੰ ਜ਼ਰੂਰ ਕਰੋ ਜੀ, ਸਾਡਾ ਨੰਬਰ ਜਿਹੜਾ ਤੁਸੀਂ ਸਕਰੀਨ 'ਤੇ ਵੇਖ ਰਹੇ ਹੋ ਜੀ 0121-380-1050, ਅਤੇ ਦੂਸਰਾ ਨੰਬਰ ਤੁਸੀਂ ਮੋਬਾਈਲ ਜਿਹੜਾ ਹੈ ਉਹ ਵੇਖ ਰਹੇ ਹੋ ਸਕਰੀਨ ਦੇ ਉੱਤੇ, ਉਸ ਨੰਬਰ ਦੇ ਉੱਤੇ ਤੁਸੀਂ ਵਟਸਐਪ ਦੇ ਵਿੱਚ ਐਡ ਕਰਕੇ ਅਤੇ ਤੁਸੀਂ ਸਾਨੂੰ ਵਟਸਐਪ 'ਤੇ ਟੈਕਸਟ ਵੀ ਆਪਣਾ ਕਰ ਸਕਦੇ ਹੋ। ਅਤੇ ਤੁਸੀਂ ਅਗਰ ਨਾਂ ਵੀ ਨਹੀਂ ਦੱਸਣਾ ਚਾਹੁੰਦੇ ਤਾਂ ਤਦ ਵੀ ਕੋਈ ਗੱਲ ਨਹੀਂ, ਤੁਸੀਂ ਸਵਾਲ ਆਪਣਾ ਜ਼ਰੂਰ ਪੁੱਛਿਓ ਜੀ। ਗੁਰਜਿੰਦਰ ਸਿੰਘ ਜੀ, ਹਾਂਜੀ, ਮੈਂ ਸਭ ਤੋਂ ਪਹਿਲਾਂ ਗੱਲ ਅੱਜ ਆਪਾਂ ਇਮੀਗ੍ਰੇਸ਼ਨ ਦੇ ਨਾਲ ਨਾਲ ਥੋੜ੍ਹੀ ਜਿਹੀ ਗੱਲ ਆਪਾਂ ਬਿੱਲ ਦੇ ਬਾਰੇ ਜ਼ਰੂਰ ਕਰਨੀ ਆ, ਕਿਉਂਕਿ ਬਿੱਲ ਜਿਹੜੀ ਆ ਤੁਸੀਂ ਕੀ ਸਮਝਦੇ ਆ ਕਿ ਜਿਹੜੀ ਬਿੱਲ ਆ ਉਹ ਬਣਾਉਣੀ ਮਾਂ ਬਾਪ ਨੂੰ ਬੜੀ ਜ਼ਰੂਰੀ ਆ?
यह काफ़ी बड़ी मिसकनसैप्शन है भी जी वसीत बना हमेशा ही सियाने बनानी चाहिए है। अच्छा राइट साड़ी सलाह हमेशा लोगों को यही होंगी है भी जे तुम ब्याहे आ थोड़े बच्चे आ छोटे भावे जी मर्जी उम्र के होवो जितेडा सैपरेशन होया अपनी वाइफ या हसबेंड के नाल जरूरी है भी तुम अपनी जो भी तुसी थोड़ी इच्छा हैगी है थोड़ी प्रॉपर्टी जमा पूंजी के रिलेटिड वो तुम डॉक्यूमेंट करो तो वसीत के तब्दील तुम अपना करो। ठीक है जी तो केवल सिंह जी बी एक जिदा आप वसीयत कह दें पिंड भी आप उ भी ना करवाना ही हाँ जी हाँ जी पिंड भी आप देखते कोई अपनी उत्थे जमीन पई आ कोई अपना प्लॉट पिया आ अपनी कोठी आ अपना घर आ जो बंदा सियाणा हो जाता अक्सर तो यही सोचता कि मेरे बच्चों को जाए पहलियाँ असी भी या साडे बजुर्ग भी इदा ही सोचते सी कि भई जदों मैं सियाणा होऊंगा 60-70 साल का होऊंगा या 80 साल का होऊंगा मैं फिर कर दूंगा वो कर दूंगा दे विच ही कई काम रह जांदे आ रह जांदे आ फिर वो प्रॉपर्टी अथों निकल जांदी आ। हुण मैं यही सलाह दूंगा अपने भैणां भरावां नूं जां बच्चियां नूं कि जदों बंदा 21 साल का हो जाए कि वह अपनियां जिम्मेवारियां बहुत समझ सकदा जी मैं यही कहता कि 21 साल का होकर भी पहले जाके विल बनावे पर लेकिन जो वह ब्याह करता अपने बच्चे होन लगते उन्होंने इस बारे जरूर सोचना शुरू कर लेना चाहिए भावें सिंपल तो सिंपल ही लिख के रखे अपने परिवार लिए पर उन्होंने करना चाहिए विल इदा की चीज़ है जो मर्जी बदली जा सकती है। हाँ जी ये ये नहीं कि अज मैं बंदे जे देता एक बंदे लिख दिता तो मैं कल ना नहीं कट सकता तुहाडे को पूरा इख्तियार हुंदा आ तुसीं कट सकदे आ उहनूं जिद्दां मर्जी मोड़ सकदे आ अपने सूटेबल फिर बाद दे विच तुसीं कॉम्प्लीकेट भी करनी आ किसी भी तरीके जो थानू ठीक लगता तुसीं वह भी कर सकदे आ। हां जी ये मैं जरूर कहूँगा हर बंदे नूं कि भई हाथ जोड़ के बेनती है भी तुसीं इस पासे जरूर सोचो। सो एक तो तुसीं बड़ी गल वधिया क्लीयर कीती आ कि बिल तुसीं जदों मर्जी जिहनूं वसीयत आपां कह दिंदे आ हां जी फिर उह तुसीं कैंसल जदों मर्जी करा सकदे आ जी अगर अज तुहाडी बच्चियां दे नाल बनदी आ हां जी कल नूं तुहाडी नहीं बनदी हां जी ਤੁਸੀਂ ਚਾਹੁੰਦੇ ਆ ਕਿ ਮੈਂ ਨਹੀਂ ਇਸ ਬੱਚੇ ਨੂੰ ਮੈਂ ਆਪਣੀ ਵਸੀਅਤ ਦੇਣੀ ਜਾਂ ਜ਼ਮੀਨ ਆਪਣੀ ਜਾਂ ਜੋ ਵੀ ਜਾਇਦਾਦ ਆਪਣੀ ਨਹੀਂ ਇਹਦੇ ਨਾਂ ਕਰਾਉਣੀ ਤੁਸੀਂ ਉਹਨੂੰ ਕੈਂਸਲ ਕਰਾ ਸਕਦੇ ਹੋ ਉਹਦੇ ਵਾਸਤੇ ਕੋਈ ਫੀਸ ਵਗੈਰਾ ਜਾਂ ਕੋਈ ਐਕਸਟਰਾ ਕੋਈ ਕਰਨਾ ਪੈਂਦਾ ਕਿ ਜਾਂ ਡਾਇਰੈਕਟਲੀ ਹੋ ਜਾਂਦੀ ਹੈ ਜਦੋਂ ਤੁਸੀਂ ਵਸੀਅਤ ਆਪਣੀ ਕੋਈ ਚੇਂਜ ਕਰਦੇ ਆ ਜਾਂ ਤੁਹਾਡੇ ਕੋਈ ਚੇਂਜ ਆਫ ਸਰਕਮਸਟੈਂਸਿਸ ਹੁੰਦੇ ਆ ਤਾਂ ਤੁਹਾਨੂੰ ਨਵੀਂ ਵਸੀਅਤ ਫਿਰ ਬਣਾਉਣੀ ਪੈਂਦੀ ਹੈ ਰਾਈਟ ਦੁਬਾਰਾ ਬਣਾਉਣੀ ਪੈਂਦੀ ਹੈ ਹਾਂਜੀ ਪਰ ਡਿਪੈਂਡ ਕਰਦਾ ਵੀ ਸਾਡਾ ਹੁਣ ਸਰਵਿਸ ਆਪਾਂ ਪ੍ਰੋਵਾਈਡ ਕਰੀਦੀ ਵੀ ਅਸੀਂ ਲਾਈਫ ਟਾਈਮ ਸਰਵਿਸ ਕਰੀਦੀ ਆ ਵੀ ਇੱਕ ਵਾਰੀ ਤੁਹਾਡੀ ਵਸੀਅਤ ਅਸੀਂ ਬਣਾ ਦਿੱਤੀ ਉਹਦੇ ਵਿੱਚ ਜਿੰਨੇ ਮਰਜ਼ੀ ਤੁਸੀਂ ਅਮੈਂਡਮੈਂਟਸ ਕਰ ਸਕਦੇ ਆ ਚੰਗੀ ਤਰ੍ਹਾਂ ਬਹਿ ਕੇ ਸਲਾਹ ਲੈ ਕੇ ਕਰਦੇ ਆ ਤੇ ਉਹ ਫਿਰ ਪੂਰੀ ਲਾਈਫ ਟਾਈਮ ਲਈ ਅਸੀਂ ਉਹਦੀ ਰਿਸਪੌਂਸਿਬਿਲਟੀ ਲੈ ਸਕਦੇ ਆ ਠੀਕ ਹੈ ਤੇ ਸਹੀ ਗਾਈਡ ਕਰ ਸਕਦੇ ਆ। ਗੁਰਜਿੰਦਰ ਸਿੰਘ ਜੀ ਇਹ ਥੋੜਾ ਜਿਹਾ ਕਲੀਅਰ ਕਰੋ ਕਿ ਜਿਹੜੀ ਬਿੱਲ ਆਪਾਂ ਬਣਾਉਨੇ ਆ ਬੱਚਾ ਉਹਦੇ ਵਾਸਤੇ ਕੋਈ ਏਜ ਵੀ ਚਾਹੀਦੀ ਆ ਕਿ ਜਾ ਕੇ ਉਹ ਜਦੋਂ ਤੁਸੀਂ ਜੇ ਬੱਚਾ ਫਰਜ਼ ਕਰੋ ਅੰਡਰ ਏਜ ਹੈਗਾ ਉਹ 16 ਅੰਡਰ ਆ ਉਹ ਜਾਂ 18 ਅੰਡਰ ਆ ਉਹ ਤੇ ਉਹ ਬਿੱਲ ਦਾ ਹੱਕਦਾਰ ਹੈਗਾ ਉਹਦੇ ਨਾਂ ਆਪਾਂ ਬਣਵਾ ਸਕਦੇ ਹਾਂ ਜਾਂ ਕਿ ਉਹਨੂੰ ਉੱਪਰ ਜਾਣਾ ਪਏਗਾ ਇਸ ਏਜ ਤੋਂ? ਨਹੀਂ ਜੀ ਬਿਲਕੁਲ ਆਪਾਂ ਉਹਦੇ ਬੈਨੀਫਿਸ਼ਰੀ ਉਹ ਹੋ ਸਕਦਾ इस्तेमाल करे सो तुसी क्लोज रख सकते हैं भी ये जिहड़ी उन्हूं जो भी आपां देना आ वो एक सर्टन एज तो बाद मिलेगा जब तक कोई जिहड़ा भी ट्रस्टी हुंदा वो सांभेगा। जिदा मतलब केवल सिंह जी तुहानूं लगदा कि बच्चा थोड़ा जिहा बिगड़ रिहा वा हां जी भी हो सकदा कि मेरी प्रॉपर्टी नूं नुकसान पहुंचावे हां जी ते भी मैं हुण इहदे नूं की करां फिर उस टाइम जो की फैसला लवे? उस टाइम तो पहले तो बच्चे समझा के उन्होंने अपना वह ही बच्चा होंगे है कि उन्होंने समझा के सही रास्ते ते लाना चाहिए। अगर वो थोड़ा लगता कि भी वो बच्चा नहीं इस पासे जा सकता तो फिर थोड़ा हार्ड फैसला लेना पैंदा सख्त जिहड़ा कि कोई भी नहीं अपने बच्चे के खिलाफ लेना चाहता तो फिर वह उन्होंने चेंज कर सकता चेंज कर सकता वो तो अगर वो नहीं भी उन्होंने समझा चाहता वो अपनी मर्जी आ असी तो जाने कि यही कहोंगे बी ए पुत हो माँ पुत हो भरा हो कोई भी हो प्यार ना बह के जी गल कर लेनी समझा लेना एक दूजे हाँ जी वो चंगी गल आद जो फिर भी नहीं थोड़ी अंडरस्टैंडिंग होंगी समझ होंगी तो तुम जरूर बदल सकते हैं बदल सकते हाँ जी जो मर्जी बदल हाँ जी मैं एक गल जरूर कहना चाहना कि एक होर बिल तो बार कई बार आप पावर अटर्नी दे दें पावर अटर्नी बंदे नू सोच समझ के देनी चाहिए है जो तुम पावर अटर्नी किसी को दे दें गलत इस्तेमाल भी कर सकता जस्ट बंदे नू पूरी तसली होनी चाहिए मैं पावर अटर्नी देना किनू हाँ तो मैं दे के रहा की रहा वो लिख के की दे रहा
ਇਹ ਜ਼ਰੂਰ ਆ ਕਿ ਵੀ ਬੰਦਾ ਉਸ ਵੇਲੇ ਐਂ ਚੰਗੀ ਤਰ੍ਹਾਂ ਚੰਗੇ ਵਕੀਲ ਨਾਲ ਗੱਲ ਕਰਕੇ ਅਤੇ ਸਮਝ ਲਵੇ ਵੀ ਮੈਂ ਕੀ ਲਿਖ ਕੇ ਦੇ ਰਿਹਾ, ਇਹ ਨਾ ਹੋਵੇ ਬਾਅਦ 'ਚ ਤਾੜੀਆਂ ਮਾਰਦਾ ਰਹਿ ਜਾਵੇ। ਅਤੇ ਜਿੱਦਾਂ ਪਾਵਰ ਅਟਾਰਨੀ ਆ ਉਹਦੇ ਵਿੱਚ ਜਿਸ ਨੂੰ ਆਪਾਂ ਪਾਵਰ ਅਟਾਰਨੀ ਦੇਣੀ ਆ, ਹਾਂਜੀ, ਉਹ ਬੰਦਾ ਤੁਹਾਡੀ ਪ੍ਰੋਪਰਟੀ ਵੇਚ ਸਕਦਾ? ਵੇਚ ਸਕਦਾ। ਤੁਸੀਂ ਡਿਪੈਂਡ ਕਰਦਾ ਕਿ ਤੁਸੀਂ ਉਹਨੂੰ ਕੀ ਅਖਤਿਆਰ ਦਿੰਦੇ ਆ, ਕੀ ਅਖਤਿਆਰ ਦਿੰਦੇ ਆ, ਕਿੰਨੀ ਪਾਵਰ ਦਿੰਦੇ ਆ। ਤੁਸੀਂ ਕਹਿ ਸਕਦੇ ਆ ਕਿ ਵੀ ਇਹਨੂੰ ਅਸੀਂ ਲਿਮਿਟ 'ਤੇ ਵੀ ਤੁਸੀਂ ਕਰ ਸਕਦੇ ਹਾਂ, ਅਨਲਿਮਿਟਿਡ ਵੀ ਦੇ ਸਕਦੇ। ਜੇ ਅਨਲਿਮਿਟਿਡ ਦੇਤੀ ਫਿਰ ਉਹਦੇ ਕੋਲ ਪੂਰੇ ਅਖਤਿਆਰ ਆ, ਅਖਤਿਆਰ ਪੂਰੇ ਆ। ਹਾਂਜੀ, ਫਿਰ ਉਹਨੂੰ ਤੁਹਾਨੂੰ ਪੁੱਛਣ ਨਹੀਂ ਆਉਣਾ ਪੈਣਾ ਹੈਗਾ ਕਿ ਵੀ ਮੈਂ ਜੀ ਚੀਜ਼ ਵੇਚਦੇ ਹਾਂ, ਉਹ ਚਾਹੇ ਰੁਪਈਏ ਦੀ ਵੇਚ ਦੇਵੇ ਚਾਹੇ 100 ਦੀ ਵੇਚ ਦੇਵੇ, 100 ਦੀ ਵੇਚ ਦੇਵੇ, ਉਹਦਾ ਅਖਤਿਆਰ ਆ। ਠੀਕ ਹੈ ਪਿਆਰੇ ਦਰਸ਼ਕੋ, ਇਸ ਤਰ੍ਹਾਂ ਦਾ ਵੀ ਤੁਹਾਡੇ ਕੋਈ ਸਵਾਲ ਹੈਗਾ ਤੇ ਤੁਸੀਂ ਸਾਨੂੰ ਜ਼ਰੂਰ ਆਪਣਾ ਕੁਐਸਚਨ ਜ਼ਰੂਰ ਕਰੋ ਜੀ। ਤੇ ਆਪਾਂ ਹੁਣ ਗੱਲ ਕਰਦੇ ਹਾਂ ਇਮੀਗ੍ਰੇਸ਼ਨ ਮਸਲੇ ਦੀ, ਆਪਾਂ ਗੱਲ ਕਰਦੇ ਹਾਂ। ਕਈ ਵਾਰੀ ਹੁਣ ਇੱਥੇ ਜਿਹੜੇ ਇੰਡੀਆ ਤੋਂ ਆਏ ਨੇ ਜਾਂ ਹੋਰ ਮੁਲਕਾਂ ਤੋਂ ਆਏ ਨੇ ਜਾਂ ਏਸ਼ੀਆ ਦੇ ਕਿਸੇ ਵੀ ਮੁਲਕ ਤੋਂ ਆਏ ਨੇ, ਉਹ ਇੱਥੇ ਉਹਨਾਂ ਨੂੰ ਕਾਫੀ ਟਾਈਮ ਰਹਿੰਦਿਆ ਹੋ ਜਾਂਦਾ ਆ। ਕਈ ਵਾਰੀ ਉਹ ਜਿਵੇਂ ਕਿ ਥੋੜ੍ਹਾ ਟਾਈਮ ਅੱਗੇ ਜਾ ਕੇ ਅਤੇ ਉਹ ਅਸਾਲਿਮ ਦਾ ਕੇਸ ਜਿਹੜਾ ਉਹ ਕਰ ਲੈਂਦੇ ਆ ਅਤੇ ਉਹਦੇ ਵਿੱਚ ਕਈਆਂ ਨੂੰ ਰਿਫਿਊਜ਼ ਵੀ ਹੋ ਜਾਂਦਾ। ਹਾਂਜੀ, ਜਿਹੜਾ ਅਸਾਲਿਮ ਦਾ ਉਹ ਕੇਸ ਕਰਦੇ ਆ ਉਹ ਰਿਫਿਊਜ਼ ਹੋ ਜਾਂਦਾ ਆ। ਜਿਹੜਾ ਉਹ ਕੇਸ ਕਰਨ ਵਾਲਾ ਆ ਉਹ ਇੱਕ ਜੇ ਆਪਾਂ ਲਾ ਲਈਏ ਵੀ ਉਹ ਥੋੜ੍ਹਾ ਜਿਹਾ ਉਹਦੇ ਅੰਦਰ ਘਬਰਾਹਟ ਜਿਹੀ ਪੈਦਾ ਹੋ ਜਾਂਦੀ ਆ ਵੀ ਮੇਰਾ ਕੇਸ ਜਿਹੜਾ ਰਿਫਿਊਜ਼ ਹੋ ਗਿਆ ਵਾ, ਹੁਣ ਕੀ ਹੋਊਗਾ, ਹੁਣ ਮੈਨੂੰ ਇਹ ਡਿਵੋਰਟ ਕਰਨ ਦੇਣਗੇ ਜਾਂ ਮੈਨੂੰ ਇਹ ਭੇਜਣਗੇ ਜਾਂ ਕੀ ਕਰਨਗੇ। ਪਿਆਰੇ ਦਰਸ਼ਕੋ, ਉਹਦੇ ਵਾਸਤੇ ਵੀ ਅੱਜ ਆਪਾਂ ਵਕੀਲ ਸਾਹਿਬ ਨੂੰ ਪੁੱਛਦੇ ਹਾਂ ਵੀ ਉਹਦੇ ਵਾਸਤੇ ਵੀ ਕੋਈ ਲਾਅ ਹੈਗਾ ਐਸਾ ਕਿ ਜਿਹੜਾ ਉਹ ਦੁਬਾਰਾ ਫਿਰ ਉਹਨੂੰ ਜਿਹੜੀ ਉਹ ਅਸਾਈਲਮ ਵਾਸਤੇ ਕਰ ਸਕਦਾ ਆ। ਹਾਂਜੀ ਗੁਰਜਿੰਦਰ ਸਿੰਘ ਜੀ, ਵੀ ਕੀ ਉਹ ਜਿੱਦਾਂ ਉਹਨੂੰ ਰਿਫਿਊਜ਼ ਹੋ ਜਾਂਦਾ ਆ ਕਿ ਉਹਦੇ ਚਾਂਸ ਦੁਬਾਰਾ ਮੁੜ ਕੇ ਹੈ? ਹਾਂਜੀ ਬਿਲਕੁਲ ਹੈ, ਸਾਨੂੰ ਦੇਖਣਾ ਪੈਂਦਾ ਵੀ ਕਿਹਦੇ ਕਾਰਨ ਰਿਫਿਊਜ਼ ਹੋਇਆ। ਕੋਈ ਵੀ ਰਿਫਿਊਜ਼ਲ ਹੁੰਦਾ ਤਾਂ ਉਹਦੀ ਅਪੀਲ ਦਾ ਰਾਈਟ ਤੁਹਾਨੂੰ ਮਿਲਦਾ ਹੈ। ਜੇ ਤੁਹਾਨੂੰ ਅਸਾਈਲਮ ਲਾਇਨ ਨੂੰ ਵੀ ਕਾਫੀ ਚਿਰ ਹੋ ਗਿਆ ਤਾਂ ਤੁਸੀਂ ਸਾਰਾ ਕੁਛ ਕਰ ਵੀ ਚੁੱਕੇ ਹੋ, ਅਪੀਲ ਪੂਲ ਤੋਂ ਫਿਰ ਵੀ ਨਹੀਂ ਤੁਹਾਡਾ ਕੋਈ ਨਤੀਜਾ ਨਿਕਲਿਆ, ਸੋ ਅਸੀਂ ਦੇਖ ਸਕਦੇ ਹਾਂ ਵੀ ਤੁਹਾਡੇ ਕੇਸ ਨਾਲ ਕੀ ਹੋਇਆ ਸੀਗਾ। ਹੋ ਸਕਦਾ ਉਹਦੇ ਵਿੱਚੋਂ ਕੁਛ ਨਿਕਲਿਆ ਵੀ ਜਿਹੜਾ ਉਹਦੇ ਬੇਸ 'ਤੇ ਅਸੀਂ ਕੋਈ ਆਰਗਿਊ ਕਰ ਸਕੀਏ। ਹਾਂਜੀ, ਸੋ ਇਹਦੇ ਵਿੱਚ ਜਿਹੜੇ ਪਿਆਰੇ ਦਰਸ਼ਕੋ ਜਿਹੜੇ ਰਿਫਿਊਜ਼ ਵੀ ਕਈ ਵਾਰੀ ਹੋ ਜਾਂਦੇ ਨੇ ਜਿਹੜੇ ਅਸਾਈਲਮ ਦਾ ਕੇਸ ਕਰਦੇ ਨੇ ਜਾਂ ਉਹ ਸਟੇ ਲੈਣੀ ਚਾਹੁੰਦੇ ਨੇ ਅਤੇ ਉਹ ਰਿਫਿਊਜ਼ ਹੋ ਜਾਂਦੇ ਨੇ, ਉਹਨਾਂ ਦੇ ਵਾਸਤੇ ਵੀ ਵਕੀਲ ਸਾਹਿਬ ਕਹਿ ਰਹੇ ਨੇ ਵੀ ਚਾਂਸ ਹੈਗਾ। ਤੁਸੀਂ ਆਪਣੇ ਕੋਈ ਕਾਲਰ ਜੁੜੇ ਹੋਏ ਨੇ, ਠੀਕ ਹੈ, ਸੋ ਆਪਾਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਜੀ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ ਭਾਈ ਸਾਹਿਬ ਜੀ, ਸਵਾਲ ਆਪਣਾ ਪੁੱਛੋ, ਕੀ ਪੁੱਛਣਾ ਚਾਹੁੰਦੇ ਜੀ? ਹਾਂਜੀ, ਮੈਂ ਪੁੱਛਣਾ ਸੀ ਜੀ, ਮੈਂ ਅਸਾਈਲਮ ਦਾ ਕੇਸ ਲਾਇਆ ਸੀ। ਅੱਛਾ, ਤੇ ਉਹਨਾਂ ਨੇ ਮੈਨੂੰ ਰਿਫਿਊਜ਼ ਕਰਤਾ। ਠੀਕ ਹੈ, ਤੇ ਹੁਣ ਮੈਂ ਕੀ ਕਰ ਸਕਦਾ ਜੀ? ਹਾਂਜੀ ਭਾਅ ਜੀ, ਤੁਸੀਂ ਮੇਰਾ ਨੰਬਰ ਥੱਲੇ ਆ ਰਿਹਾ ਸਕਰੀਨ 'ਤੇ, ਤੁਸੀਂ ਜੇ ਚਾਹੋ ਤਾਂ ਤੁਸੀਂ ਮੈਨੂੰ ਆਪਣੀ ਜਿਹੜੀ ਰਿਫਿਊਜ਼ਲ ਆ ਉਹ ਤੁਸੀਂ ਮੈਨੂੰ ਵਟਸਐਪ ਕਰ ਦੇਵੋ, ਅਸੀਂ ਉਹਨੂੰ ਦੇਖ ਕੇ ਫਿਰ ਤੁਹਾਨੂੰ ਕਾਲ ਬੈਕ ਕਰ ਸਕਦੇ ਹਾਂ, ਅਸੀਂ ਉਹਨੂੰ ਅਸੈਸਮੈਂਟ ਕਰਕੇ ਵੀ ਕੁਛ ਹੋ ਸਕਦਾ ਕਿ ਨਹੀਂ। ਹਾਂਜੀ ਹਾਂਜੀ, ਜੋ ਤੁਹਾਨੂੰ ਉਹਨਾਂ ਨੇ ਜੋ ਪੇਪਰ ਦਿੱਤਾ ਜਾਂ ਕੋਈ ਲੈਟਰ ਦਿੱਤਾ ਹੈ ਰਿਫਿਊਜ਼ ਦਾ ਜਿਹੜਾ ਹੈਗਾ, ਤੁਸੀਂ ਉਹ ਵਕੀਲ ਸਾਹਿਬ ਨੂੰ ਦਿਖਾ ਸਕਦੇ ਹਾਂ ਅਤੇ ਉਹਦੇ ਵਿੱਚ ਉਹਨਾਂ ਵਾਸਤੇ ਇਹਨਾਂ ਜਿਵੇਂ ਗੱਲ ਕੀਤੀ ਆ ਵੀ ਕੋਈ ਨਾ ਕੋਈ ਚਾਂਸ ਉਹਨਾਂ ਵਾਸਤੇ ਦੁਬਾਰਾ ਫਿਰ ਹੈਗੇ ਆ ਜੀ। ਤੁਸੀਂ ਜ਼ਰੂਰ ਇਹਨਾਂ ਦੇ ਨਾਲ ਕੰਟੈਕਟ ਕਰਿਓ ਜੀ। ਨੰਬਰ ਇੱਕ ਵਾਰ ਫਿਰ ਤੁਸੀਂ ਸਕਰੀਨ 'ਤੇ ਆ ਰਿਹਾ, ਉਹ ਤੁਸੀਂ ਸਾਡਾ ਨੰਬਰ ਵਕੀਲ ਸਾਹਿਬ ਜੀ ਦਾ ਨੋਟ ਕਰ ਲਓ ਅਤੇ ਨੋਟ ਕਰਕੇ ਤੁਸੀਂ ਉਹਦੇ 'ਤੇ ਕਾਲ ਕਰ ਸਕਦੇ ਆਪਣੀ ਅਤੇ ਤੁਸੀਂ ਜਵਾਬ ਆਪਣਾ ਜਿਹੜਾ ਸਹੀ ਤੌਰ 'ਤੇ ਲੈ ਸਕਦੇ ਆ ਜੀ। ਮੈਂ ਇੱਕ ਗੱਲ ਹੋਰ ਸਿੱਖ ਚੈਨਲ ਦੇ ਜਿੰਨੇ ਪਿਆਰੇ ਵਿਊਵਰਸ ਨੇ ਦਰਸ਼ਕ ਨੇ ਉਹਨਾਂ ਨੂੰ ਇੱਕ ਗੱਲ ਇਹ ਵੀ ਦੱਸ ਦੇਵਾਂ ਕਿ ਜਦੋਂ ਤੁਸੀਂ ਕਾਲ ਕਰਦੇ ਹੋ ਤੁਸੀਂ ਉਹਦੇ ਵਿੱਚ ਤੁਹਾਨੂੰ ਜਿਹੜੀ ਪਹਿਲੀ ਸਲਾਹ ਹੈਗੀ, ਐਡਵਾਈਸ ਜਿਹੜੀ ਹੈਗੀ ਆ ਉਹ ਬਿਲਕੁਲ ਫਰੀ ਹੋਏਗੀ। ਤੁਸੀਂ ਕੋਈ ਬਿਨਾਂ ਹੈਸੀਟੇਟ ਕੋਈ ਝਿਜਕ ਨਹੀਂ ਕਰਨੀ ਇਸ ਗੱਲ ਦੀ, ਤੁਸੀਂ ਕਾਲ ਲਾਓ ਜੀ ਔਰ ਕਾਲ ਲਾ ਕੇ ਉਹਨਾਂ ਨਾਲ ਗੱਲਬਾਤ ਕਰੋ। ਇਸ ਵੇਲੇ ਵੀ ਸਾਡੇ ਨਾਲ ਜੁੜੇ ਬੈਠੇ ਨੇ, ਇਸ ਵੇਲੇ ਵੀ ਤੁਸੀਂ ਗੱਲਬਾਤ ਕਰ ਸਕਦੇ ਆ, ਆਪਣਾ ਤੁਸੀਂ ਸਵਾਲ ਤੁਹਾਡੇ ਕੋਈ ਹੈ ਉਹਦਾ ਜਵਾਬ ਲੈ ਸਕਦੇ ਆ। ਔਰ ਦੂਸਰੀ ਗੱਲ ਕਿ ਜਦੋਂ ਤੁਸੀਂ ਕੋਈ ਕੇਸ ਕਰੋਗੇ ਅਤੇ ਤੁਸੀਂ ਸਿੱਖ ਚੈਨਲ ਦਾ ਜਦੋਂ ਵੇਰਵਾ ਦਿਓਗੇ ਅਤੇ ਤੁਹਾਨੂੰ ਉਹਦੇ ਵਿੱਚੋਂ 20-10% ਜਿਹੜੇ ਆ ਇਹ ਲੈਸ ਕਰਨਗੇ। ਸੋ ਇਸ ਕਰਕੇ ਤੁਸੀਂ ਆਪਣਾ ਜ਼ਰੂਰ, ਮੈਂ ਇੱਕ ਵਾਰੀ ਐਡਰੈਸ ਇਹਨਾਂ ਦਾ ਜ਼ਰੂਰ ਜਿਹੜਾ ਹੈਗਾ ਉਹ ਦੱਸ ਦੇਵਾਂ ਕਿ ਐਡਰੈਸ ਜਿਹੜਾ ਉਹ ਕੀ ਹੈ ਇਹਨਾਂ ਦਾ ਜੀ। ਉਹ ਹੈ ਜੀ 170 ਨੰਬਰ ਹੈ ਜੀ, 170 ਏ ਸੋਹੋ ਰੋਡ ਬਰਮਿੰਗਮ V21 9LP, ਇਹ ਹੈਗਾ ਜੀ ਪੋਸਟ ਕੋਡ। ਸੋ ਇੱਕ ਵਾਰ ਫਿਰ ਐਡਰੈਸ ਮੈਂ ਦੱਸ ਦੇਵਾਂ ਜੀ, 170A ਇਹ ਨੰਬਰ ਹੈ ਜੀ, ਅਤੇ ਸੋਹੋ ਰੋਡ ਬਰਮਿੰਗਮ ਪੋਸਟ ਕੋਡ ਹੈ ਜੀ V21 9LP, ਇਹ ਜਿਹੜਾ ਨੰਬਰ ਹੈ ਜੀ। ਤੁਸੀਂ ਜਿਹੜਾ ਕੋਈ ਵੀ
करना जी वह जरूर करो अपने सिख चैनल का जो जो नंबर है जी तुम दिता हुआ वो कॉल करो जी 0121-380-1050 इस नंबर पर तुम कॉल करके अपना सवाल जरा जी वो जरूर तुम वकील साहब के सीधे तौर पर गलबात कर सकते हो जी। सो आप जिमें गल कर रहे कि कई बार जी ज़्यादा प्रॉब्लम पै जाती कोई स्टूडेंट बेस से इतने आ जाता वा इंग्लैंड गल आप साइलम सीकर की है कि उन्होंने वास्ते भी चांस हैगा वो देखना पेगा कि क्यों रिफ्यूज किया उन्होंने वो पॉइंट देखने पैण गए तो उधर अपन जाना पेगा। सो उस दूसरी गल कोई स्टूडेंट बेस से आता है स्टूडेंट बेस से आके तो हर एक बच्चे की भी होंगी है कि सानू इतने पी आर मिल जाए कि चार साल असी तो स्टडी करिए तो बाद की कानून है वो वास्ते अगर वो चार साल इतने स्टडी कर जाता वा तो उन्होंने वर्क की जी 20 आवरस जी करने की परमिशन होंगी है हाँ जी उदो बाद की चांसिस ने बहुत वधिया सवाल तुसीं पाया काफ़ी साढ़े जिहड़े भैन भरा मेरे तो छोटे हैगे आ वो इत्थे इस हिसाब नाल जदों स्टूडेंट आए आ सो फिलहाल जिहड़े भी हुण जिहड़े मोहले साल तो जिन्होंने ग्रैजुएट होना उन्होंने दो साल की हरेक पी एस डबल्यू का ऐलान जिहड़ा हैगा सरकार ने किया हजे पॉलिसी आई नहीं है पर सानू उम्मीद है कि भी जल्द ही आएगी यू नो पिछे जया कोरोना वायरस करके काफ़ी डिले चलता है पर पॉलिसी आने वाली है बट उम्मीद यही है भी हरेक दो साल की पी एस डबल्यू मिलेगी राइट जिन्होंने कहें पोस्ट स्टडी वर्क भी दो साल वास्ते वह अपना काम कर सकते हैं सो पी एस डबल्यू के विचाले उन्होंने की चाहिए भी वह जे टेयर टू स्पोंसर दे नाल कोई अपनी वेकेंसी टोलन तो अप्लाई कर जॉब वास्ते तो वह स्विच कर सकते हैं फिर वर्क कैटेगरी में जिन्हों टेयर टू वर्क कैटेगरी आप कहने सो वर्क कैटेगरी की होंगे भी जे तुम इतने पाँच साल इंग्लैंड रह लो काम की कैटेगरी के फिर तुम पाँच साल बाद इतने पक्के हो सकते हो मतलब चार साल उन्होंने स्टडी करनी पेगी हाँ जी डिपेंड करता कोर्स से दो साल की भी हो साल हाँ दो साल है या चार साल है या कि भी टाइम पीरियड है हाँ जी वो पीरियड जिहड़ा वो विच अकाउंट होगा या कि उन्होंने पाँच साल उस तो बाद च रहना पेगा वर्क कैटेगरी के विच ही थोड़ा पाँच साल रहने पैने हैं सो वो जिहड़ा स्टूडेंट है वो नहीं अकाउंट होंगे वो अकाउंट नहीं हाँ जी पर जे मान लो थोड़ी इतने इंग्लैंड दस साल की लोफल रेजिडेंस रही है मतलब कि तुम पहला किसी होर वीजे कैटेगरी से गए फिर स्विच करके किसी होर च आए हैं तो थोड़ा टोटल दस साल हो गए इतने इंग्लैंड रेंदे नूं कानूनी फिर तुम उस रेजिडेंस के बेस से भी इंडेफिनिट लै सकते हो ठीक है जी। सो इत भी तो अगर वर्क का जो मिल जाता है वीज़ा वर्क करने वास्ते तो कोई काम मिल जाता कोर्स तो बाद भी तो बड़े चांसिस ने इतने पक्के होने वास्ते तुम वर्क जो पाँच साल इतने फिर करना पेगा छे साल तो वाधू नहीं रह सकते इत्थे काम दी कैटेगरी दे विच सो वो यही चाहुंदे वी पंजा सालां दे विच विच तुसी अपना इंडेफिनिट लै लो हाँ जी ठीक है जी ते उस तो बाद जिमें हम केवल सिंह जी आप गल करते हैं कि आप हर एक कई बार ये होंगे कि चलो इतने कई बार रिश्ते नहीं मिलते प्रॉब्लम पै जाती है या तो कुड़ी जिस तरह का लड़का चाहती है वह नहीं मिलता या लड़का जिस तरह की लड़की चाहता वह नहीं मिलती आप जाके इंडिया उत्थे विआउणा पैंदा बच्चा तो उहदे विच आप जदों विआ के इत्थे लियाउने आ या जो आप उत्थों विआह करांगे ਉਹਦੇ ਵਾਸਤੇ ਜਿਹੜੀਆਂ ਰਿਕੁਆਇਰਮੈਂਟਸ ਜਿਹੜੀਆਂ ਹੈਗੀਆਂ ਉਹ ਉਹ ਕੀ ਹੋਣਗੀਆਂ ਪਹਿਲਾਂ ਤਾਂ ਉੱਥੇ ਜਾ ਕੇ ਅਗਰ ਤੁਹਾਡਾ ਇੱਥੇ ਰਿਸ਼ਤਾ ਪੱਕਾ ਹੋ ਜਾਂਦਾ ਕੁੜੀ ਤਾਂ ਜ਼ਾਇਰ ਲੱਭਣੀ ਪੈਗੀ ਬੰਦੇ ਦੇ ਮੁੰਡੇ ਦੇ ਸੂਟੇਬਲ ਜਾਂ ਕੁੜੀ ਦੇ ਲਈ ਮੁੰਡਾ ਤੇ ਫਿਰ ਤੁਸੀਂ ਉੱਥੇ ਉਹਨਾਂ ਲਈ ਗੁਰਦੁਆਰੇ ਵਿਆਹ ਕਰੋਗੇ ਜਿਹੜਾ ਧਾਰਮਿਕ ਦੇ ਵਿੱਚ ਇਹ ਮੰਨਦੇ ਆ ਤੇ ਫਿਰ ਬਾਅਦ ਦੇ ਵਿੱਚ ਤੁਸੀਂ ਉੱਥੇ ਹੀ ਉਹਦੀ ਮੈਰਿਜ ਰਜਿਸਟਰ ਕਰੋਗੇ ਠੀਕ ਹੈ ਹਾਂਜੀ ਤੇ ਜਦੋਂ ਤੁਸੀਂ ਉਹ ਰਜਿਸਟਰ ਕਰਕੇ ਸਰਟੀਫਿਕੇਟ ਮਿਲ ਗਿਆ ਤਾਂ ਫਿਰ ਤੁਸੀਂ ਆਪਣੀ ਐਪਲੀਕੇਸ਼ਨ ਲਾ ਸਕਦੇ ਹੋ ਉਹ ਸਬੂਤ ਨਾਲ ਹੋ ਜਾਂਦਾ ਤੁਹਾਨੂੰ ਫੋਟੋਆਂ ਵੀ ਲਾਉਣੀਆਂ ਪੈਣਗੀਆਂ ਐਵੀਡੈਂਸ ਵੈਡਿੰਗ ਦਾ ਜੋ ਵੀ ਤੁਸੀਂ ਗਿਫਟਸ ਲੋਕਾਂ ਨੇ ਤੁਹਾਨੂੰ ਦਿੱਤੇ ਜਿੰਨਾ ਵੀ ਤੁਸੀਂ ਮੈਕਸੀਮਮ ਐਵੀਡੈਂਸ ਨਾਲ ਲਾਓਗੇ ਸਬੂਤ ਲਾਓਗੇ ਕਿ ਵੀ ਮੇਰਾ ਵਿਆਹ ਵਾਕਿਆ ਹੀ ਸਹੀ ਹੋਇਆ ਜੈਨੂਇਨ ਹੋਇਆ ਜਾਣੀ ਕਿ ਰਿਸ਼ਤੇਦਾਰਾਂ ਦੇ ਨਾਲ ਫੋਟੋ ਲਿਮਿਟ ਉਹਨਾਂ ਨੇ ਲਾਈ ਆ ਵੀ ਕੁਛ ਫੋਟੋਆਂ ਹੀ ਮੰਗਦੇ ਆ ਪਰ ਫਿਰ ਵੀ ਤੁਸੀਂ ਵਧੀਆ ਤੋਂ ਵਧੀਆ ਲਾਓ ਅਤੇ ਜਿਹੜਾ ਕਿ ਸਾਬਤ ਹੋਵੇ ਕਿ ਤੁਸੀਂ ਉੱਥੇ ਵਾਕਿਆ ਹੀ ਜੈਨੂਇਨ ਵਿਆਹ ਕਰਾਇਆ ਜੇ ਤੁਸੀਂ ਆਪਣੀ ਐਪਲੀਕੇਸ਼ਨ ਦੇ ਪੇਪਰ ਸਾਰੇ ਭਰ ਕੇ ਤਾਂ ਫਿਰ ਤੁਸੀਂ ਲਾਏ ਜਾ ਸਕਦਾ ਹੈਗਾ
फिर आ सकता है। जिदा आप गल करते गुरजिंदर सिंह जी के उदे वास्ते जिमें इन्होंने कुछ इनकम रखी हैगी है जिमें 18,000 से कुछ 600 समथिंग है। हाँ जी, हाँ जी। अगर वो बच्चा इतने नहीं पूरी करता, हाँ जी, फिर वो की करे? जे इनकम तुम नहीं पूरी कर सकते वजह होनी चाहिए भी तुम क्यों पूरी नहीं कर पा रहे। जे सिर्फ वजह यही है भी थोड़ा जॉब नहीं मिली, जो थोड़ी जॉब छुट गई है, जो कुछ भी इस तरह की रिलेटिड कोई इशू हैगा, बर्डन जिहड़ा हैगा तुहाडे ते ही आ रहिंदा, उहदे विच कोई सहूलत नहीं हैगी आपां नूं। हाँ जी, असी थर्ड पार्टी जिहड़ा हैगा सपोर्ट यूज कर सकते हैं, पर उहदे थर्ड पार्टी हाँ जी आपां इस गल नूं अगे जारी रखांगे। कॉलर अपने नाल जुड़े हुए ने, आपां वेखदे हां जी। वाहिगुरू जी का खालसा, वाहिगुरू जी की फतेह। जी हैलो, मेरे ख्याल कॉल ड्रॉप हो गई लगता जी। हैलो, हाँ जी ड्रॉप हो गई कॉल। दोबारा तुम कोशिश करो जी, आओ प्यारे दर्शकों, एक बार फिर तुम दस दिए इमीग्रेसन के मसले के तो कोई भी सवाल है आओ सानू जरूर अपनी कॉल जरूर करो। कोई इस तरह तुहाडा मसला है, तुम यूरोप के आए हो तो इतने आके तुम कोई मुश्किल पै गई आ, इंडिया के आए हो, तुम अपने माँ बाप को मंगाया इतने, तुहाडे वल्लों कोई कोई रिश्तेदार तुहाडा बच्चा स्टूडेंट तौर पर इतने आया वा, जां कोई वर्क वीजे पर आया, प्रॉब्लम पै रही है, समस्यावां आ रही हैं कई, सो आओ उन्हां समस्यावां दा हल केवल लॉ एंड सोलिसिटर अज इस स्टूडियो दे विच बैठे ने लाइव तुहाडियां कॉलों का जवाब देणगे, तुहाडे सवालों का जवाब देणगे। आओ तुसीं सानूं जरूर कॉल करो जी, कॉल करके सानूं अपना जिहड़ा सवाल है वह दसो जरूर, तो अगर तुसीं नहीं भी ना अपना दसना चाहते तो कोई गल नहीं, तुसीं अपना सवाल सीधे तौर पर पुछ सकते हो जी। सो कॉल अपने नाल एक कॉलर रेडी ने, ਆਪਾਂ ਵੇਖਦੇ ਆ ਜੀ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹਾਂ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਜੀ ਜੀ। ਤੁਹਾਡੇ ਕੋਲੋਂ ਇੱਕ ਸਵਾਲ ਪੁੱਛਣਾ ਹੈ ਜੀ। ਹਾਂਜੀ ਪੁੱਛੋ ਜੀ। ਮੇਰਾ ਨਿੱਕਾ ਹੈਗਾ ਤੇ ਉਹਦੇ ਵਿਆਹ ਨੂੰ 2 ਸਾਲ ਹੋ ਗਏ ਹੈ, ਤੇ ਉਹਨੇ ਆਪਣੀ ਵਾਈਫ ਨੂੰ ਬੁਲਾਣਾ ਹੈ ਤੇ ਇਨਡੈਫੀਨੇਟ ਹੈ ਉਹਦੇ ਕੋਲ, ਤੇ ਉਹਦੀ ਪੁੱਛਣਾ ਹੈ ਇਨਡੈਫੀਨੇਟ ਹੈ ਉਹਦੇ ਕੋਲ ਹੈਗੀ, ਤੇ ਉਹ ਬੀਵੀ ਆਪਣੀ ਵਾਈਫ ਨੂੰ ਬੁਲਾਉਣ ਵਾਸਤੇ ਕਿਹੜੇ ਕਿਹੜੇ ਪੇਪਰ ਚਾਹੀਦੇ ਹੈ, ਕਿਆ ਉਹ ਹਰ ਮਹੀਨੇ ਪਾਕਿਸਤਾਨ ਵੀ ਪੈਸੇ ਪਾਣੇ ਆ ਉਹਨੇ ਹਰ ਮਹੀਨੇ ਖਰਚਾ, ਔਰ ਫਿਰ ਵਟਸਐਪ ਵੀ ਉਹਦੀ ਚੈਟ ਵੀ ਚਾਹੀਦੀ ਹੋਏਗੀ, ਫੋਟੋ ਵਗੈਰਾ ਵੀ ਚਾਹੀਦੀ ਹੋਏਗੀ ਆ, ਤੇ ਜੇ ਉਹਦੀ ਇਨਕਮ ਪੂਰੀ ਨਹੀਂ ਹੁੰਦੀ ਹੈ ਤੇ ਕਿਸੇ ਆਪਣੇ ਬ੍ਰਦਰ ਦੀ ਇਨਕਮ ਨਾਲ ਲਾ ਸਕਦਾ ਹੈ ਜੀ? ਤੁਸੀਂ ਆਪਣਾ ਜਵਾਬ ਜ਼ਰੂਰ ਸੁਣੋ। ਹਾਂਜੀ, ਉਹਨਾਂ ਨੇ हाँ जी, तुसी जेड़े भी डॉक्यूमेंट्स होनी मैनशन किए ये सारे चाहिए आ, इन्हों तो इलावा भी चाहिए आपां नूं। तुसी मैनू शो तो बाद प्लीज़ फोन करियो तो मैं थोनू बरीकी नाल समझा सकता भी आपां केड़े केड़े डॉक्यूमेंट्स चाहिए आ, होम ऑफिस के हिसाब नाल डॉक्यूमेंट्स भालदी आ, उन्हां दी भी काफ़ी स्पेसिफिक रिक्वायरमेंट्स होंदी आ, खास करके फाइनैंशियल रिक्वायरमेंट। मुंडा पुछना चाह रहा सी कि उहनू हर महीने खर्चा पाउणा चाहीदा, हर महीने अपनी वाइफ नूं जां हस्बैंड नूं सपोर्ट करदे आ, उह तुहाडे केस ते हक च ही जाएगी, ये कोई लाजमी नहीं हैगा, जरूरी तो नहीं कानून वल्लों भी उन्होंने कहा नहीं भी तुसी हाँ जी दिखाओ भी तुसी पैसे भेजे आ, अगर माँ जे तक लड़की इन्हां दे कोल रह रही, इन्हां दे जगह च रह रही है, ये तो इन्हां दा खर्च फर्ज बनता कि उन्हूं खर्चा भेजना भेजना भी चाहिए और सही तरीके दे नाल, ते जे उह अपने माँ बाप दे कोल रह रही है जिदा साडा समाज कह दिंदा आ नहीं जी असीं कोई गल नहीं कुड़ी दा ख्याल रखांगे, उह माँ पे लैंदा भी नहीं गा खर्चा, सो इस तरीके दे नाल लौंग जो पर उहदे विच इदां हुंदी कि केवल सिंह जी जिहड़े ज्यादातर हुंदे आ ना, जिंदर सिंह जी तुहाडा की इहदे विच मतलब जे उह अपने माँ बाप कोल रह रही है लड़की लेकिन विआह उहदा हो गया, हाँ जी विआह तों बाद उह लड़की जिहड़ी आ दूसरे परिवार दी बन जाती है, अमानत है वो एक एक तरह की आप कही कि माँ बाप ये तो कहेगा कि तुम्हारी अमानत भाई साढ़े को है नहीं, पर खर्चा जो कह रहे ना भी तिना महीनों बाद अभी भेजते हैं जो उन्होंने भी सफिशेंट भेज देंगे तो वो खर्चा कर सकती है, तो फिर ठीक मतलब फायदे है, फायदे है कि इन्हों लाभ होगा। हाँ जी, इन्हों लाभ ठीक है जी, जो तुम खर्चा भेज दो तो कोई हर्ज नहीं गा, ਉਹਦਾ ਤੁਹਾਨੂੰ ਲਾਭ ਜ਼ਰੂਰ ਹੋਏਗਾ। ਬਾਕੀ ਤੁਸੀਂ ਇਹਨਾਂ ਨੂੰ ਕਾਲ ਕਰ ਲਿਓ ਬਾਅਦ ਦੇ ਵਿੱਚ, ਤੇ ਪੂਰੀ ਡਿਟੇਲ ਦੇ ਵਿੱਚ ਤੁਹਾਨੂੰ ਇਹ ਜਵਾਬ ਜ਼ਰੂਰ ਦੇਣਗੇ ਜੀ।
हाँ जी, इन्हों की गल जिन्होंने एक पूछी सी, एक थोड़ी रिलेटिड क्वेश्चन दे भी एक रिलेटिड सीगा भी इन्होंने पूछा सी भी कि मैं अपने इन्हों दे दूजे मुंडे की तनखाह दिखा सकती हूँ प्रॉपर्टी मतलब जिदा सपोर्ट फैमिली सपोर्ट जिन्हों आपां कहदे हां उहदे विच आपां जिहड़ी अपनी गल विच ही रह गई सी उह इह सीगी भी आपां नूं दिखाउणा पैणा भी एक्सेप्शनल सरकमस्टांसिस ने राइट भी ਸਾਡੇ ਕੇਸ 'ਚ ਇਸ ਤਰ੍ਹਾਂ ਦਾ ਕੀ ਹਟ ਕੇ ਆ ਵੀ ਜਿਹਦੇ ਕਾਰਨ ਅਸੀਂ ਉਸ ਰਿਕੁਆਇਰਮੈਂਟ ਨੂੰ ਫੁਲਫਿਲ ਨਹੀਂ ਕਰ ਸਕਦੇ ਅੱਜ ਦੀ ਡੇਟ 'ਚ 18,600 ਪਾਉਂਡ ਕਮਾਉਣਾ ਕਈਆਂ ਲਈ ਔਖਾ ਜ਼ਰੂਰ ਹੈ ਪਰ ਜੇ ਆਪਾਂ ਮਿਨੀਮਮ ਇਨਕਮ ਦੇ ਹਿਸਾਬ ਨਾਲ ਦੇਖੀਏ ਜਿਹੜੇ ਵੀ ਲੋਕ 25 ਸਾਲ ਦੀ ਉਮਰ ਤੋਂ ਉੱਤੇ ਆ ਜੇ ਉਹ ਫੁੱਲ ਟਾਈਮ ਕੰਮ ਕਰਦੇ 18,000 ਪਾਉਂਡ ਕੁਛ ਤਾਂ ਉੱਦਾਂ ਹੀ ਨੋਰਮਲ ਵੈਸੇ ਨੋਰਮਲ ਬਣ ਜਾਂਦੀ ਸੋ ਉਹ ਕੀ ਕਾਰਨ ਆ ਜਿਹਦੇ ਕਾਰਨ ਉਹ ਨਹੀਂ ਕਰ ਪਾ ਰਿਹਾ ਕਿ ਕੋਈ ਡਿਸੇਬਿਲਿਟੀ ਆ ਜਾਂ ਕੋਈ ਹੋਰ ਇਸ਼ੂ ਆ ਸੋ ਕੁਛ ਵੀ ਜਿਹੜਾ ਐਕਸੈਪਸ਼ਨਲ ਹੁੰਦਾ ਆ ਉਹਨੂੰ ਆਪਾਂ ਦੇਖਦੇ ਹੋਏ ਉਹ ਪੁੱਟ ਫੋਰਵਰਡ ਕਰ ਸਕਦੇ ਹੋਮ ਆਫਿਸ ਨੂੰ ਵੀ ਦੇਖੋ ਜੀ ਵੀ ਆਹ ਵਜ੍ਹਾ ਆ ਇਸ ਵਜ੍ਹਾ ਕਰਕੇ ਸਾਨੂੰ ਪਰ ਸਾਡੇ ਕੋਲ ਜਿਹੜਾ ਉਹ ਬੰਦਾ ਆ ਰਿਹਾ ਉਹ ਇੱਥੇ ਆ ਕੇ ਕੰਮ ਕਰ ਸਕਦਾ ਉਹ ਵੀ ਆਪਾਂ ਦਿਖਾ ਸਕਦੇ ਹਾਂ ਵੀ ਪਰਸਪੈਕਟਿਵ ਇਨਕਮ ਹੈਗੀ ਆ ਰਾਈਟ ਮਤਲਬ ਆਪਾਂ ਫੈਮਿਲੀ ਸਪੋਰਟ ਜਿਹੜੀ ਉਹ ਲਾ ਸਕਦੇ ਆ ਹਾਂਜੀ ਠੀਕ ਹੈ ਭੈਣ ਜੀ ਤੁਹਾਡੇ ਦੋਵੇਂ ਸਵਾਲਾਂ ਦਾ ਜਵਾਬ ਸਾਡੇ ਵਕੀਲ ਸਾਹਿਬ ਨੇ ਬੜੇ ਬਹੁਤ ਹੀ ਵਧੀਆ ਤਰੀਕੇ ਨਾਲ ਦਿੱਤਾ ਤੁਸੀਂ ਸੁਣ ਲਿਆ ਹੋਵੇਗਾ ਨੈਕਸਟ ਕਾਲਰ ਆਪਣੇ ਕੋਲ ਰਾਜੀ ਤਿਆਰ ਨੇ ਜੀ ਰੈਡੀ ਨੇ ਉਹਨਾਂ ਨਾਲ ਗੱਲਬਾਤ ਕਰੀਏ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਹੈਲੋ ਹੈਲੋ ਹਾਂਜੀ ਹਾਂਜੀ ਗੱਲਬਾਤ ਕਰੋ ਜੀ ਤੇ ਆਪਣੇ ਟੈਲੀ ਦੀ ਆਵਾਜ਼ ਪਲੀਜ਼ ਥੋੜੀ ਕਰ ਲਿਓ ਲਓ ਜੀ ਵਾਹਿਗੁਰੂ ਕਰ ਦਿੰਦੇ ਆ ਗੱਲ ਵੀ ਇਹ ਆ ਵੀ ਜੀ ਮੈਂ ਅੱਗੇ ਵੀ ਅਗਰ ਤੁਹਾਡੇ ਨਾਲ ਕੀ ਮਾੜੀ ਜਿਹੜੀ ਅੱਛਾ ਜੀ ਮੇਰੀ ਮੈਨੂੰ ਆਏ ਨੂੰ ਹੋਗਾ 30 ਸਾਲ ਕਿੰਨੇ ਸਾਲ ਹੋ ਗਏ ਜੀ 30 ਸਾਲ 30 ਸਾਲ 30 ਜੀ ਬਹੁਤ ਜੀ ਬਹੁਤ ਵਧੀਆ ਪਾਸਪੋਰਟ ਮੇਰੇ ਕੋਲ ਬ੍ਰਿਟਿਸ਼ ਆ ਅੱਛਾ ਤੇ ਮੇਰੀ ਉਮਰ 70 ਸਾਲ ਆ ਜੀ ਤੇ ਮੇਰੀ ਜਿਹੜੀ ਘਰ ਵਾਲੀ ਆ ਉਹਦਾ ਜਨਮ ਹੈ 1959 ਦਾ ਠੀਕ ਹੈ ਜੀ 68 ਦੀ ਬਣਦੀ ਆ ਠੀਕ ਹੈ ਯਾਨੀ 12 ਤੋਂ ਪਹਿਲਾਂ ਕਦੇ ਕੋਈ ਏਦਾਂ ਦੀ ਗੱਲ ਨਹੀਂ ਜੀ ਸੁਣੀ ਕੋਈ ਸਿਆਣਾ ਬੰਦਾ ਵੀ ਇੰਗਲਿਸ਼ ਟੈਸਟ ਕਰਕੇ ਆਊਗਾ ਜਾਂ ਕੋਈ ਹਸਬੈਂਡ ਆਪਣੀ ਵਾਈਫ ਨੂੰ ਨਹੀਂ ਬਗਾ ਸਕੂਗਾ ਉਹ ਗੱਲਾਂ ਦੇ ਵਿੱਚ ਰਹਿਣ ਕਰਕੇ ਮੈਂ ਕੁਛ ਢਿੱਲਾ ਰਿਹਾ ਮੈਂ ਕਿਹਾ ਕੋਈ ਨਹੀਂ ਮੰਗਾ ਲਾਂਗੇ ਪਿੱਛੇ ਨਿਆਣੇ ਸੀ ਕੁਛ ਪ੍ਰੋਬਲਮਾਂ ਸੀਗੀਆਂ ਮੈਂ ਸਾਰੇ ਟੱਬਰ ਨੂੰ ਨਹੀਂ ਮੰਗਾ ਸਕਿਆ ਹੌਲੀ ਹੌਲੀ ਚਲੋ ਨਿਆਣੇ ਚੱਕ ਤੋਂ ਮੰਗਾਏ ਤੇ ਘਰ ਵਾਲੀ ਅੜ ਗਈ 12 ਤੋਂ ਬਾਅਦ ਪਤਾ ਲੱਗਾ ਜੀ ਕਾਨੂੰਨ ਤਾਂ ਬਣ ਗਿਆ ਇੰਗਲਿਸ਼ ਟੈਸਟ ਦਾ ਅੱਛਾ ਜਦ ਕਾਨੂੰਨ ਦਾ ਪਤਾ ਲੱਗਾ ਤੇ ਮੈਂ ਇੱਕ ਦੋ ਬੱਚਿਆਂ ਨਾਲ ਗੱਲਬਾਤ ਕੀਤੀ ਉਹ ਕਹਿੰਦੇ ਭਾਈ ਤੈਨੂੰ ਉਹਨੂੰ ਇੰਗਲਿਸ਼ ਟੈਸਟ ਕਰਨਾ ਪਊਗਾ ਜੇ ਪਰਮਾਨੈਂਟ ਵੀਜ਼ੇ ਤੇ ਮੰਗਾਉਣੀ ਹੈ ਤੇ ਪਰਮਾਨੈਂਟ ਵੀਜ਼ੇ ਤੇ ਮੰਗਾਉਣ ਲਈ ਇੰਗਲਿਸ਼ ਟੈਸਟ ਕਰਨਾ ਪੈਣਾ ਟੈਸਟ ਉਹ ਕਰ ਨਹੀਂ ਸਕਦੀ ਦੋ ਵਾਰੀ ਅਸੀਂ ਮੇਰੀ ਲੜਕੀ ਨੇ ਰਾਧਾ ਜੀ ਭਾਜੀ ਆ ਬੈਸਟ ਵੀਜ਼ੇ ਲਈ ਉਹਨੇ ਦੋ ਵਾਰੀ ਰਿਫਿਊਜ਼ ਕਰ ਦਿੱਤਾ ਕਿਉਂਕਿ ਮੇਰਾ ਉਹਨਾਂ ਨੂੰ ਪਤਾ ਸਾਰਾ ਕੁਛ ਵਿੱਚ ਅਸੀਂ ਪੇਪਰ ਲਾ ਦਿੱਤੇ ਸੀ ਉਹ ਕਹਿੰਦੇ ਇਹਦਾ ਹਸਬੈਂਡ ਉੱਥੇ ਆਏ ਮੁੜ ਕੇ ਨਹੀਂ ਆਉਣਾ ਹਾਂਜੀ ਮੈਂ ਤਾਂ ਸਿਰਫ ਇਹ ਕਹਿੰਦਾ ਵੀ ਮੈਨੂੰ ਵਿਚਕਣਾ ਪਰਮਾਨੈਂਟ ਵੀਜ਼ਾ ਦੇਣ 6 ਮੰਥ ਵੀਜ਼ਾ ਕਿਸੇ ਤਰ੍ਹਾਂ ਦੇ ਦੇਣ ਮੇਰੀ ਗਰੰਟੀ ਲੈ ਲੈਣ ਮੈਂ ਗਰੰਟੀ ਤੌਰ 'ਤੇ ਮੈਂ 4 ਮਹੀਨੇ 3 ਮਹੀਨੇ ਰੱਖ ਕੇ ਉਹਨੂੰ ਵਾਪਸ ਭੇਜੂੰਗਾ ਮੈਨੂੰ ਕੋਈ ਬਾਹਲੀ ਵੱਡੀ ਗੱਲ ਨਹੀਂ ਵੀ ਇੱਥੇ ਹੀ ਰਹੇ ਪਰ ਮੈਨੂੰ ਇਹ ਰਾਹ ਵੀ ਨਹੀਂ ਮਿਲ ਰਿਹਾ ਮੈਂ ਆਹ ਰਾਹ ਲੱਭਣਾ ਚਾਹੁੰਦਾ ਠੀਕ ਹੈ ਜੀ ਜਵਾਬ ਸੁਣੋ ਆਪਣਾ ਜੀ ਹਾਂਜੀ ਜਿਹੜਾ ਤੁਸੀਂ ਐਪਲੀਕੇਸ਼ਨ ਤੁਸੀਂ ਆਪਣੀ ਵਾਈਫ ਦੀ ਲਾ ਸਕਦੇ ਆ ਪੱਕੇ ਤੌਰ ਤੇ ਹੀ ਲਾ ਸਕਦੇ ਆ ਉਹ ਤੁਹਾਨੂੰ ਮਿਲ ਇੱਥੇ ਆ ਸਕਦੇ ਆ ਜਿਹੜੀ ਇੰਗਲਿਸ਼ ਟੈਸਟ ਤੇ ਜਿਹੜਾ ਤੁਸੀਂ ਕਹਿ ਰਹੇ ਆ ਵੀ ਉਹ ਨਹੀਂ ਪਾਸ ਕਰ ਪਾ ਰਹੇ ਰਾਈਟ ਇੰਗਲਿਸ਼ ਟੈਸਟ ਦੀ ਵੀ ਇੱਕ ਐਗਜ਼ੈਂਪਸ਼ਨ ਹੁੰਦੀ ਹੈ ਮੈਡੀਕਲ ਗਰਾਊਂਡਸ ਦੇ ਉੱਤੇ ਹੈ ਨਾ ਸੋ ਮੰਨ ਲਓ ਅਗਰ ਆਪਾਂ ਕਹੀਏ ਵੀ ਉਹ ਕਦੀ ਸਕੂਲ ਨਹੀਂ ਗਏ ਭਾਜੀ ਤੁਹਾਡੀ ਆਵਾਜ਼ ਪਲੀਜ਼ ਘੱਟ ਆ ਰਹੀ ਥੋੜੀ ਜੀ ਪਲੀਜ਼ ਮੈਂ ਮੇਰੀ ਬੰਦ ਆ ਮੇਰਾ ਅੱਛਾ ਜੀ ਮੈਂ ਤੁਹਾਨੂੰ ਇਹ ਕਹਿ ਰਿਹਾ ਤੁਸੀਂ ਇਸ ਤਰ੍ਹਾਂ ਕਰ ਲਓ ਕਿ ਆਪਣਾ ਫੋਨ ਬੇਸ਼ੱਕ ਰੱਖ ਦਿਓ ਤੇ ਟੀਵੀ ਆਪਣਾ ਉੱਚਾ ਕਰਕੇ ਸੁਣੋ ਜਵਾਬ ਆਪਣਾ ਜੀ ਬੈਟਰੀ ਡੈਗਾ ਹਾਂਜੀ ਮੈਡੀਕਲ ਐਗਜ਼ੈਂਪਸ਼ਨ ਹੁੰਦੀ ਆ ਇੰਗਲਿਸ਼ ਟੈਸਟ ਦੀ ਸੋ ਜਿਹੜੇ ਲੋਕ 65 ਸਾਲ ਦੀ ਉਮਰ ਤੋਂ ਉੱਤੇ ਆ ਉਹਨਾਂ ਨੂੰ ਆਲਰੇਡੀ ਐਗਜ਼ੈਂਪਸ਼ਨ ਮਿਲਦੀ ਆ ਸੋ ਉਹਨਾਂ ਨੂੰ ਕੋਈ ਇੰਗਲਿਸ਼ ਦੀ ਲੋੜ ਨਹੀਂ ਹੈ ਜਿਹੜੇ 65 ਤੋਂ ਥੱਲੇ ਨੇ 18 ਸਾਲ ਦੀ ਉਮਰ ਤੋਂ ਉੱਤੇ ਨੇ ਤਾਂ ਜੇ ਉਹ ਇੰਗਲਿਸ਼ ਕਿਸੇ ਵਜ੍ਹਾ ਨਾਲ ਨਹੀਂ ਪਾਸ ਕਰ ਰਹੇ ਉਹ ਵਜ੍ਹਾ ਕੀ ਆ ਜਿਹਦੇ ਕਾਰਨ ਨਹੀਂ ਪਾਸ ਕਰ ਪਾ ਰਹੇ ਉਹ ਆਪਾਂ ਪੁੱਟ ਫੋਰਵਰਡ ਕਰ ਸਕਦੇ ਹਾਂ ਹੋਮ ਆਫਿਸ ਨੂੰ ਰਾਈਟ ਕਈ ਲੋਕ ਇੱਦਾਂ ਦੇ ਹੁੰਦੇ ਆ ਜਿਹੜੇ ਕਦੇ ਸਕੂਲ ਨਹੀਂ ਗਏ ਜਿਹੜੇ ਆਪਾਂ ਕਹਿ ਦਈਏ ਅਨਪੜ੍ਹ ਆ ਜਾਂ ਯੂ ਨੋ ਪੜ੍ਹਨੇ ਲਿਖਣ 'ਚ ਉਹਨਾਂ ਨੂੰ ਕੋਈ ਪ੍ਰੋਬਲਮ ਆ ਸੋ ਜਨਰਲੀ ਅਸੀਂ ਕੀ ਕਰਦੇ ਹਾਂ ਵੀ ਅਸੀਂ ਉਹਨਾਂ ਦਾ ਅਸੈਸਮੈਂਟ ਕਰਾਉਂਦੇ ਹਾਂ ਡਾਕਟਰ ਦੇ ਥਰੂ
ਰਾਈਟ ਸੋ ਡਾਕਟਰ ਅਸੈਸ ਕਰ ਸਕਦਾ ਵੀ ਇਹਨਾਂ ਨੂੰ ਕੋਈ ਮੈਂਟਲ ਡਿਸੇਬਿਲਿਟੀ ਤਾਂ ਨਹੀਂ ਹੈਗੀ ਜਾਂ ਲਰਨਿੰਗ ਡਿਫੀਕਲਟੀ ਤਾਂ ਨਹੀਂ ਹੈਗੇ ਡਿਸਲੈਕਸੀਆ ਜਿਹੜਾ ਆਪਾਂ ਕਹਿ ਦਿੰਦੇ ਹਾਂ ਰਾਈਟ ਸੋ ਉਹ ਇੱਕ ਯੂ ਨੋ ਡਾਕਟਰ ਤੋਂ ਅਸੀਂ ਅਸੈਸ ਕਰਾ ਸਕਦੇ ਹਾਂ ਯੂਜਲੀ ਅਸੀਂ ਇੱਕ ਐਜੂਕੇਸ਼ਨਲ ਸਾਈਕੋਲੋਜਿਸਟ ਯੂਜ਼ ਕਰ ਕਰਦੇ ਹਾਂ ਤਾਂ ਉਹਦੀ ਰਿਪੋਰਟ ਜਿਹੜੀ ਹੈਗੀ ਅਸੀਂ ਫਾਈਲ ਦੇ ਨਾਲ ਲਾ ਦਿੰਦੇ ਹਾਂ ਰਾਈਟ ਸੋ ਸਾਡੀ ਆਰਗੂਮੈਂਟ ਇਹ ਹੁੰਦੀ ਹੈ ਵੀ ਇਹ ਬੰਦੇ ਨੂੰ ਐਗਜ਼ੈਂਪਸ਼ਨ ਮਿਲਣੀ ਚਾਹੀਦੀ ਹੈ ਇੰਗਲਿਸ਼ ਟੈਸਟ ਤੋਂ ਨਾਲ ਹੀ ਨਾਲ ਉਹਦੇ ਆਪਾਂ ਇਹ ਵੀ ਲਾ ਸਕਦੇ ਹਾਂ ਵੀ ਦੇਖੋ ਜੀ ਇਹਨੇ ਦੋ ਤਿੰਨ ਵਾਰੀ ਟਰਾਈ ਵੀ ਕੀਤੀ ਹੈ ਨਹੀਂ ਹੋਇਆ ਇਹਨੇ ਟਿਊਸ਼ਨ ਇੰਨੇ ਘੰਟੇ ਲਈ ਹੈ ਰਾਈਟ ਨਹੀਂ ਹੁੰਦਾ ਉਹ ਤੋਂ ਪਹਿਲਾਂ ਜਿਹੜਾ ਉਹਨਾਂ ਦਾ ਸਵਾਲ ਅਸਲ ਦੇ ਵਿੱਚ ਇਹ ਆ ਕਿ ਉਹਨਾਂ ਨੇ ਦੋ ਵਾਰੀ ਬੱਚੀ ਨੇ ਵੀ ਰਾਹਦਾਰੀ ਭੇਜੀ ਆ ਇਹਨਾਂ ਨੇ ਵੀ ਭੇਜੀ ਹੋਏਗੀ ਆਪਣੇ ਵੱਲੋਂ ਇੱਕ ਨੂੰ ਰਿਫਿਊਜ਼ ਕਰ ਦਿੰਦੇ ਆ ਰਿਫਿਊਜ਼ ਉਹਨਾਂ ਨੇ ਐਪਲੀਕੇਸ਼ਨ ਜਿਹੜੀ ਹੈਗੀ ਹੈ ਵਿਜ਼ਿਟ ਵੀਜ਼ੇ 'ਤੇ ਲਾਈ ਆ ਰਾਈਟ ਹੁਣ ਵਿਜ਼ਿਟ ਵੀਜ਼ਾ ਅਗਰ ਆਪਾਂ ਕਿਸੇ ਨੂੰ ਸਾਧਦੇ ਹਾਂ ਇਹਨਾਂ ਨੇ ਜ਼ਿਆਦਾਤਰ ਤਾਂ ਜਿਹੜਾ ਹੈਗਾ ਹੋਮ ਆਫਿਸ ਨੇ ਸ਼ੱਕ ਦੀ ਨਿਗਾਹ ਨਾਲ ਦੇਖਣਾ ਹੀ ਆ ਠੀਕ ਹੈ ਜੇ ਸਾਰਾ ਪਰਿਵਾਰ ਉਹਨਾਂ ਦਾ ਇੱਥੇ ਇੰਗਲੈਂਡ 'ਚ ਆ ਆ ਉਹ ਟੈਂਪਰੀ ਕੈਟੇਗਰੀ 'ਚ ਰਹੇ ਨੇ ਉਹਨਾਂ ਨੇ ਇਹ ਕਹਿਣਾ ਵੀ ਇਸ ਬੰਦੇ ਨੇ ਮੁੜਨਾ ਨਹੀਂ ਮੁੜਨਾ ਨਹੀਂ ਵਿਜ਼ਿਟ ਵੀਜ਼ੇ ਦੇ ਵਿੱਚ ਉਹ ਜ਼ਰੂਰ ਸ਼ੱਕ ਕਰਨਗੇ ਵੀ ਇਹਨੇ ਮੁੜ ਕੇ ਮੁੜਨਾ ਨਹੀਂ ਪਰ ਨਾਲ ਉਹਨਾਂ ਨੇ ਇਹ ਵੀ ਗੱਲ ਕਹੀ ਹੈ ਵੀ ਅਸੀਂ ਕੋਈ ਇਸ ਤਰ੍ਹਾਂ ਦੀ ਗਰੰਟੀ ਦੇਣ ਨੂੰ ਤਿਆਰ ਹਾਂ ਕਿ ਅਸੀਂ ਵਾਪਸ ਭੇਜਾਂਗੇ ਹਾਂਜੀ ਸਪੌਂਸਰਸ਼ਿਪ ਤਾਂ ਜਿਹੜੀ ਹੈਗੀ ਅਸੀਂ ਲਾ ਸਕਦੇ ਹਾਂ ਪਰ ਐਂਡ ਆਫ ਦ ਡੇ ਡਿਸੀਜਨ ਤਾਂ ਹੋਮ ਆਫਿਸ ਨੂੰ ਸੈਟੀਸਫਾਈ ਤੁਸੀਂ ਉਹਨਾਂ ਨੂੰ ਬਿਲਕੁਲ ਉਹਨਾਂ ਨੂੰ ਸੈਟੀਸਫਾਈ ਕਰਨਾ ਪੈਂਦਾ ਇਹਨਾਂ ਦੇ ਕੇਸ 'ਚ ਸਹੀ ਐਪਲੀਕੇਸ਼ਨ ਇਹੀ ਹੈ ਵੀ ਉਹ ਸਪਾਊਸ ਵੀਜ਼ੇ ਤੇ ਆਪਣੀ ਵਾਈਫ ਨੂੰ ਇੱਥੇ ਸੱਦਣ ਪੱਕੇ ਤੌਰ ਤੇ ਲਾਉਣ ਪੱਕੇ ਤੌਰ ਤੇ ਲਾਉਣ ਵਿਜ਼ਟਰ ਤੌਰ ਤੇ ਉਹ ਸ਼ੱਕ ਕਰ ਜਾਂਦੇ ਆ ਵੀ ਇਹਨੇ ਮੁੜਨਾ ਨਹੀਂਗਾ ਸੋ ਜਿਹੜੀ ਇੰਗਲਿਸ਼ ਦੀ ਐਗਜ਼ੈਂਪਸ਼ਨ ਹੈ ਉਹ ਅਸੀਂ ਯੂ ਨੋ ਉਹ ਤਾਂ ਬਾਅਦ ਦੀ ਗੱਲ ਹੈ ਜਦੋਂ ਇੱਥੇ ਆ ਜਾਣਗੇ ਤੁਸੀਂ ਜੀ ਇੱਕ ਵਾਰੀ ਇਹਨਾਂ ਨੂੰ ਟੈਲੀਫੋਨ ਜ਼ਰੂਰ ਕਰਿਓ ਜੀ ਕੇਵਲ ਔਨ ਸੋਲਿਸਟਰ ਨੂੰ ਨੰਬਰ ਤੁਸੀਂ ਨੋਟ ਕਰ ਲਓ ਇਹਨਾਂ ਦਾ ਮੋਬਾਈਲ ਨੰਬਰ ਆ ਰਿਹਾ ਸਕਰੀਨ ਤੇ ਪੂਰੀ ਡਿਟੇਲ ਵਾਸਤੇ ਇਹਨਾਂ ਨੂੰ ਜ਼ਰੂਰ ਤੁਹਾਨੂੰ ਫ੍ਰੀ ਐਡਵਾਈਸ ਹੈ ਜੀ ਇਸ ਕਰਕੇ ਤੁਸੀਂ ਟੈਲੀਫੋਨ ਕਰਿਓ ਠੀਕ ਹੈ ਜੀ ਆਪਾਂ ਵੱਧ ਅਗਲੇ ਕਾਲਰ ਸਾਡੇ ਨਾਲ ਰੈਡੀ ਨੇ ਉਹਨਾਂ ਨੂੰ ਆਪਾਂ ਪੁੱਛਦੇ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਖਾਲਸਾ ਫਤਿਹ ਬਾਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹਾਂ ਜੀ ਸਤਿ ਸ੍ਰੀ ਅਕਾਲ ਜੀ ਹਾਂ ਬਾਜੀ ਮੈਨੂੰ 17 ਸਾਲ ਹੋ ਗਏ ਸਾਈਨ ਹੋ ਗਏ ਜਿੱਦਾਂ ਸਹੂਲਤ ਇੱਥੇ 20 ਸਾਲਾਂ ਦੀ ਆ ਵੀ ਤੁਹਾਨੂੰ 20 ਸਾਲ ਆਪਣੇ ਪੂਰੇ ਕਰਨੇ ਪੈਣੇ ਆ ਐਜ਼ ਅ ਵਕੀਲ ਮੈਂ ਤੁਹਾਨੂੰ ਇਹ ਸਲਾਹ ਨਹੀਂ ਦੇ ਸਕਦਾ ਵੀ ਤੁਸੀਂ ਇੱਥੇ ਗੈਰ ਕਾਨੂੰਨੀ ਰਹੋ ਮੈਂ ਤੁਹਾਨੂੰ ਇਹੀ ਕਹਾਂਗਾ ਵੀ ਤੁਸੀਂ ਆਪਣਾ ਕੇਸ ਲਾਓ ਜਿਹੜੀ 20 ਸਾਲ ਦੀ ਵੀ ਸਹੂਲਤ ਆ ਉਹ ਵੀ ਕਿਸੇ ਕਾਰਨ ਜਾਂ ਕਿਸੇ ਵਜ੍ਹਾ ਤੋਂ ਸਰਕਾਰ ਨੇ ਰੱਖੀ ਆ ਹੈ ਨਾ ਸੋ ਉਹਦੇ ਵਿੱਚ ਆਪਾਂ ਇਹੀ ਆਰਗਿਊ ਕਰਨਾ ਵੀ ਤੁਹਾਡੀ ਜਿਹੜੀ ਤੁਹਾਡੀ ਜੜ੍ਹਾਂ ਆ ਇੱਥੇ ਇੰਗਲੈਂਡ 'ਚ ਕਾਫੀ ਮਜ਼ਬੂਤ ਨੇ ਰਾਈਟ ਤੁਸੀਂ ਨਹੀਂ ਆਪਣੇ ਮੁਲਕ ਮੁੜ ਕੇ ਜਾ ਸਕਦੇ ਰਾਈਟ 17 ਸਾਲ ਦੀ ਰੈਜ਼ੀਡੈਂਸੀ ਦੇ ਵਿੱਚ ਤੁਸੀਂ ਕੀ ਇੱਥੇ ਆਪਣੀ ਲਾਈਫ ਜਾਂ ਕੀ ਇੱਥੇ ਤੁਸੀਂ ਬਣਾਇਆ ਆ ਹਾਂਜੀ ਸੋ ਇਹ ਸਾਰਾ ਕੁਝ ਦੇਖਦੇ ਹੋਏ ਅਸੀਂ ਤੁਹਾਡੀ ਫਾਈਲ ਤਾਂ ਕੇਸ ਐਪਲੀਕੇਸ਼ਨ ਪੁੱਟ ਫੋਰਵਰਡ ਕਰ ਸਕਦੇ ਹਾਂ ਤਾਂ ਹੋਮ ਆਫਿਸ ਕੋਲ ਡਿਸਕ੍ਰੈਸ਼ਨ ਕਾਫੀ ਵਾਈਡ ਹੁੰਦੇ ਆ ਵੀ ਠੀਕ ਹੈ ਵੀ ਤੁਹਾਨੂੰ 20 ਸਾਲ ਵੀ ਨਹੀਂ ਹੋਏ ਪਰ ਡਿਸਕ੍ਰੈਸ਼ਨ ਉਹਨਾਂ ਕੋਲ ਹੁੰਦੇ ਹੋਏ ਉਹ ਤੁਹਾਨੂੰ ਇੱਥੇ ਰਹਿਣ ਦੀ ਪਰਮਿਸ਼ਨ ਵੀ ਦੇ ਸਕਦੇ ਹਾਂਜੀ ਸੋ ਮੈਂ ਤੁਹਾਨੂੰ ਇਹੀ ਕਹਾਂਗਾ ਵੀ ਤੁਸੀਂ ਮੋਹਰੇ ਆਓ ਸਾਹਮਣੇ ਆਓ ਹੋਮ ਆਫਿਸ ਤੇ ਲੋਕ ਚੌਕ ਕੇ ਨਾ ਰਹੋ ਤੇ ਤੁਸੀਂ ਆਪਣੀ ਫਾਈਲ ਦਾ ਐਪਲੀਕੇਸ਼ਨ ਲਾਓ ਹਾਂਜੀ ਬਾਕੀ ਟੈਲੀਫੋਨ ਕਰਕੇ ਜੀ ਬਾਕੀ ਤੁਸੀਂ ਨਾ ਟੈਲੀਫੋਨ ਕਰ ਲਿਓ ਜੀ ਟੈਲੀਫੋਨ ਕਰਕੇ ਐਡਵਾਈਸ ਇਹਨਾਂ ਤੋਂ ਜਿਵੇਂ ਚਾਚੇ ਦਾ ਮੁੰਡਾ ਇਟਲੀ ਤੋਂ ਆਇਆ ਕੋ ਪਾਸਪੋਰਟ ਵੀ ਜਾਦਾ ਤਾਂ ਉਹ ਕੋ ਨਾ ਪਾ ਕਰਾ ਸਕਦੇ ਕਿਤੇ ਨਹੀਂ ਹੈ ਜੀ ਤੁਸੀਂ ਵਿਆਹ ਕਰਾਉਣ ਦੀ ਸੋਚਦੇ ਆ ਨਹੀਂ ਨਹੀਂ ਚਾਚੇ ਦਾ ਮੁੰਡਾ ਮੇਰੇ ਭਰਾ ਆ ਜਿੱਦ ਇਧਰ ਆਇਆ ਉਹ ਕੋ ਪਾਸਪੋਰਟ ਆ ਉਹਦੇ ਬੱਚੇ ਵੀ ਇਦਾਂ ਉਹਨਾਂ ਸਾਲ ਹੋ ਕੇ ਖੜਾ ਕਰ ਮੇਰਾ ਉਹਨਾਂ ਦੇ ਥਰੂ ਕਹਿੰਦੇ ਕੇਸ ਲੱਗ ਸਕਦਾ ਡਿਪੈਂਡ ਕਰਦਾ ਹਾਂਜੀ ਉਹਦਾ ਜੇ ਤੁਹਾਡੇ ਕੋਈ ਫੈਮਿਲੀ ਮੈਂਬਰ ਹੈਗੇ ਜਿਹੜੀ ਯੂਰੋਪੀਅਨ ਨੈਸ਼ਨਲ ਆ ਤਾਂ ਤੁਸੀਂ ਉਹਨਾਂ 'ਤੇ ਡਿਪੈਂਡੈਂਟ ਆ ਯੈਸ ਤੁਸੀਂ ਕੇਸ ਆਪਣਾ ਲਾ ਸਕਦੇ ਆ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਆ ਇਹ ਮੈਨੂੰ ਦੇਖਣਾ ਪੈਣਾ ਬਰੀਕੀ ਦੇ ਨਾਲ ਹੈ ਨਾ ਮੈਂ ਤੁਹਾਨੂੰ ਹਾਂ ਨਾ 'ਚ ਨਹੀਂ ਜਵਾਬ ਦੇ ਸਕਦਾ ਇਸ ਦਾ ਬਿਨਾਂ ਸਾਰੀ ਪੂਰੀ ਗੱਲ ਸੋਚ ਸਮਝੇ ਹਾਂਜੀ ਦੇਖੋ ਇਹਦੇ ਵਿੱਚ ਦੋ ਗੱਲਾਂ ਹੈਗੀਆਂ ਜੀ ਵੀ ਤੁਹਾਨੂੰ ਜਿਹੜੇ 17 ਸਾਲ ਹੋਏ ਆ ਤੁਸੀਂ ਗੈਰ ਕਾਨੂੰਨੀ ਇਸ ਮੁਲਕ ਦੇ ਵਿੱਚ ਨਹੀਂ ਰਹਿ ਸਕਦੇ ਫਿਰ ਵੀ ਇਹਨਾਂ ਨੇ ਜਿਹੜਾ ਇੱਕ 20 ਸਾਲ ਦਾ ਇਹਨਾਂ ਨੇ ਜਿਹੜਾ ਰੱਖਿਆ ਹੈਗਾ ਤੇ ਉਹ ਇਹਨਾਂ ਨੇ ਜ਼ਰੂਰ ਕੋਈ ਸਹੂਲਤ ਵਾਸਤੇ ਰੱਖਿਆ ਹੈਗਾ ਆ ਤੇ ਠੀਕ ਹੈ ਜੀ ਤੁਸੀਂ ਇਹਨਾਂ ਨੂੰ ਬਾਅਦ ਦੇ ਵਿੱਚ ਟੈਲੀਫੋਨ ਕਰਕੇ ਆਪਣਾ ਪੂਰਾ ਆਨਸਰ ਜਿਹੜਾ ਨਾ ਉਹ ਤੁਸੀਂ ਬਾਅਦ 'ਚ ਲੈ ਲਿਓ ਜੀ ਓਕੇ ਜੀ ਆਪਾਂ ਅਗਲੇ ਕਾਲਰ ਸਾਡੇ ਨਾਲ ਤਿਆਰ ਨੇ ਤੇ ਉਹਨਾਂ ਦੀ ਗੱਲਬਾਤ ਆਪਾਂ ਸੁਣਦੇ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮੈਂ ਨਾ ਐਕਚੁਅਲੀ ਇੱਕ ਪੁੱਛਣਾ ਸੀ ਕਿ ਮੇਰੇ ਕੋਲ ਨੈਸ਼ਨੈਲਿਟੀ ਪੁਰਤਗੀਜ਼ ਆ ਹਾਂਜੀ ਮਤਲਬ ਮੇਰਾ ਨਾ ਜਿੱਦਾਂ ਬ੍ਰਦਰ ਸੀ ਇੰਡੀਆ ਉਹ ਐਕਸਪਾਇਰ ਹੋ ਗਿਆ ਤੇ ਉਹਦੇ ਬੱਚੇ ਹੀ ਉਹਨਾਂ ਨੂੰ ਮੈਂ ਇੱਥੇ ਬੁਲਾ ਸਕਦਾ ਕੋਈ ਹੈਗਾ ਇਹਨਾਂ ਦਾ ਨਤੀਜਾ ਛੋਟੇ ਨੇ ਬੱਚੇ 17 ਇਅਰਸ ਦਾ ਅਬਾਊਟ ਦਾ 17 ਠੀਕ ਹੈ ਜੀ ਤੁਸੀਂ ਤੁਹਾਨੂੰ ਕਿੰਨਾ ਚਿਰ ਹੋ ਗਿਆ ਇੱਥੇ ਆਇਆ ਨੂੰ ਭਾਜੀ ਮੈਨੂੰ 11 ਸਾਲ ਹੋ ਗਏ ਨੇ ਇੱਥੇ ਮੈਂ ਘਰ ਬਾਰ ਲਿਆ ਹੋਇਆ ਆਪਣਾ ਹੀ ਹਾਂਜੀ
ਤਾਂ ਤੁਸੀਂ? ਮੈਂ ਵੀ ਕੰਮ ਕਰਦਾ, ਮੇਰੀ ਵਾਈਫ ਵੀ ਕੰਮ ਕਰਦੀ, ਮੇਰੇ ਬੱਚੇ ਦੋਨੋਂ ਹੀ ਯੂਨੀਵਰਸਿਟੀ 'ਚ ਨੇ। ਠੀਕ ਹੈ ਜੀ, ਤਾਂ ਜਿਹੜੇ ਤੁਹਾਡੇ ਭਰਾ ਦੇ ਬੱਚੇ ਸੀਗੇ ਉਹਨਾਂ ਦੀ ਕੀ ਉਮਰ ਆ? ਉਹ 17 ਕੁ ਸਾਲ ਦੇ, 16 17 ਸਾਲ ਦੇ ਦੋਨੇ। ਹਾਂਜੀ, ਤਾਂ ਤੁਸੀਂ ਉਹਨਾਂ ਨੂੰ ਪੈਸੇ ਘੱਲਦੇ ਹੁੰਦੇ ਆ ਜਿੱਦਾਂ ਉਹਨਾਂ ਦੀ ਖਰਚਾ ਤੁਸੀਂ ਚੱਕਦੇ ਆ? ਖਰਚਾ ਤੇ ਘੱਲੀ ਦਾ ਘੱਟ ਹੀ, ਪਰ ਉਹ ਜਾਂ ਤੇ ਪਾਪਾ ਜੀ ਦੇ ਅਕਾਊਂਟ 'ਚ ਜਾਂਦੇ ਨੇ ਜਾਂ ਪਾਪਾ ਜੀ ਉੱਥੇ ਹੀ ਮਤਲਬ ਕਿ ਕਰਦੇ ਮੈਨੇਜ ਨਾ। ਠੀਕ ਹੈ, ਤਾਂ ਤੁਸੀਂ ਆਪਣੇ ਫਾਦਰ ਸਾਹਿਬ ਨੂੰ ਭੇਜਦੇ ਆ, ਉਹ ਗਾਂ ਉਹ ਜਿਹੜੇ ਪੈਸੇ ਉਹਨਾਂ ਤੇ ਲਾਉਂਦੇ ਆ ਨਾ? ਹਾਂਜੀ ਹਾਂਜੀ, ਜਾਂ ਫਾਦਰ ਸਾਹਿਬ ਜਿੱਦਾਂ ਆਪਣਾ ਘਰ ਦਾ ਤੁਹਾਨੂੰ ਪਤਾ ਉੱਥੇ ਖੇਤੀਬਾੜੀ ਉਹਨਾਂ ਦੀ ਆਪਣੀ ਪੈਨਸ਼ਨ ਵਗੈਰਾ ਸਾਰਾ ਕੁਝ ਲੱਗਾ ਉੱਥੇ ਮਤਲਬ। ਹਾਂਜੀ, ਤੁਹਾਨੂੰ ਡਿਪੈਂਡੈਂਸੀ ਪ੍ਰੂਫ ਕਰਨੀ ਪੈਣੀ ਆ ਵੀ ਉਹ ਬੱਚੇ ਜੋ ਹੈ ਤੁਹਾਡੇ ਡਿਪੈਂਡੈਂਟ ਨੇ, ਹੈ ਨਾ? ਤਾਂ ਇਹ ਵੀ ਦਿਖਾਉਣਾ ਪੈਣਾ ਵੀ ਤੁਸੀਂ ਇੱਕੋ ਹੀ ਘਰ 'ਚੋਂ ਜਿੱਦਾਂ ਆਏ ਨੇ, ਰਾਈਟ? ਹੋ ਸਕਦਾ। ਹਾਂਜੀ, ਤੁਸੀਂ ਪਲੀਜ਼ ਮੈਨੂੰ ਫੋਨ ਕਰਿਓ, ਤਾਂ ਆਪਾਂ ਬਾਅਦ 'ਚ ਫਿਰ ਮੈਂ ਤੁਹਾਨੂੰ ਬਰੀਕੀ ਨਾਲ ਸਮਝਾ ਸਕਦਾ ਵੀ ਇਹਦੇ ਕੀ ਰਿਕੁਆਇਰਮੈਂਟਸ ਨੇ। ਨੰਬਰ ਕੀ? ਹਾਂਜੀ, ਸਕਰੀਨ 'ਤੇ ਆ ਰਿਹਾ ਜੀ। ਹਾਂਜੀ, ਸਕਰੀਨ ਤੋਂ ਤੁਸੀਂ ਨੋਟ ਕਰ ਲਓ ਨੰਬਰ, ਜਿਹੜਾ ਮੋਬਾਈਲ ਨੰਬਰ ਆ ਰਿਹਾ ਨਾ ਉਹ ਨੋਟ ਕਰ ਲਓ ਜੀ, ਅਤੇ ਇਹਨਾਂ ਦੇ ਬਾਅਦ ਵਿੱਚ ਇਹਨਾਂ ਨਾਲ ਤੁਸੀਂ ਗੱਲਬਾਤ ਕਰ ਲਿਓ, ਤੁਹਾਨੂੰ ਫ੍ਰੀ ਐਡਵਾਈਸ ਆ ਜੀ। ਠੀਕ ਹੈ ਜੀ, ਓਕੇ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਨੈਕਸਟ ਕਾਲਰ ਆਪਣੇ ਕੋਲ ਰੈਡੀ ਨੇ, ਆਪਾਂ ਉਹਨਾਂ ਦੀ ਗੱਲਬਾਤ ਸੁਣੀਏ ਜੀ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਈ ਹੈਵ ਅ ਸਿਨੈਰੀਓ ਅਬਾਊਟ a settled status under the EU settlement scheme. Mm-hmm. If a parent has the settled status and a newborn baby is born, how long does it take for the Home Office to get the British passport for the newborn baby? A newborn baby here? Yes. In UK? Yes. There is a bit of a backlog with passport applications at the moment. You can make the application. It's difficult for me to tell you at the moment how long it would take. Normally the process is only a few weeks, but yeah, there's approximately, I think there was a couple of weeks ago, it was BBC News that there's about 4 million applications which are currently pending. It's all down to the coronavirus pandemic, so I would say just be patient. You know, I'm sure more sooner rather than later, yeah. Is there no fast-track application process? Not at the moment, no. Not at the present moment. Not at the moment, okay. Okay. And what documents do you need if you have a settled status under the EU settlement scheme? If you were to get a passport application form from the post office, it usually comes with an accompanying booklet, and within there is all the guidance and the documents that you're required to submit. Sorry, the line is breaking up. You can get a passport application form from the post office. Yeah. Yes. Within the application form, there's a booklet and guidance as to which documents and which things you need to pop in there. Okay, so there are not any different requirements for people settled under the EU settlement scheme. No, you've got indefinite leave to remain. So as long as a child was born after you've got settled status, he's automatically British, and so yeah, you can apply for a British passport. ਆਪਣੀ ਲੜਕੀ ਬਾਰੇ ਮੈਸੇਜ ਮੰਗਾਉਣ ਵਾਸਤੇ ਮਤਲਬ ਬਣਾ ਰਹੇ ਆ, ਡਿਪਰੈਸ਼ਨ ਚ ਰਹਿੰਦੀ ਆ, ਉਹਦਾ ਬਣ ਸਕਦਾ? ਲੜਕੀ ਇੰਡੀਆ ਚ? ਹਾਂਜੀ, ਤੁਹਾਡਾ ਸਟੇਟਸ ਇੱਥੇ ਕੀ ਆ, ਪੱਕੇ ਹੋ ਤੁਸੀਂ? ਹਾਂਜੀ, ਪੱਕੇ ਹੋ ਜੀ। ਅੱਛਾ ਜੀ, ਮੇਰੀ ਮਿਸਿਜ ਨੂੰ ਇਨਡੈਫੀਨਿਟ ਨਹੀਂ ਹਾਲੇ ਮਿਲੀ। ਅੱਛਾ ਜੀ, ਤੇ ਉਹ ਤੇ ਉਹ ਮਤਲਬ ਮੇਰੇ ਕੋਲ ਬ੍ਰਿਟਿਸ਼ ਪਾਸਪੋਰਟ ਆ, ਤੇ ਉਹ ਡਿਪਰੈਸ਼ਨ ਚ ਰਹਿੰਦੀ ਆ, ਮਤਲਬ ਜੇ ਉਹਨੂੰ ਜੇ ਮੰਗਾ ਸਕਦਾ ਮੈਂ? ਕੀ ਉਮਰ ਆ ਭਾਜੀ ਤੁਹਾਡੀ ਕੁੜੀ ਦੀ? ਉਹਦੀ 30 ਸਾਲ ਦੇ ਲੱਗ ਸਕਦੇ ਆ ਜੀ? ਨਹੀਂ ਭਾਜੀ, 30 ਸਾਲ ਜੇ 18 ਸਾਲ ਦੀ ਉਮਰ ਤੋਂ ਉੱਤੇ ਆ ਤੁਸੀਂ ਬੱਚਿਆਂ ਨੂੰ ਨਹੀਂ ਮੰਗਾ ਸਕਦੇ। ਐਡਲਟ ਡਿਪੈਂਡੈਂਟ ਰਿਲੇਟਿਵ ਦੇ ਰੂਟ 'ਚ ਸ਼ਾਇਦ ਤੁਸੀਂ ਮੰਗਾ ਸਕੋ ਉਹਨਾਂ ਨੂੰ। ਹਾਂਜੀ, ਪਰ ਇਹ ਕਾਫੀ ਕੰਪਲਿਕੇਟਡ ਆ, ਤੁਸੀਂ ਪਲੀਜ਼ ਮੈਨੂੰ ਫੋਨ ਕਰਿਓ ਤਾਂ ਮੈਂ ਤੁਹਾਨੂੰ ਫਿਰ ਡਿਸਕਸ ਕਰ ਸਕਦਾ ਵੀ ਇਹ 'ਚ ਕੀ ਕਰਨਾ ਪਊ। ਹਾਂਜੀ, ਜੇ ਮਤਲਬ ਡਾਕਟਰੀ ਰਿਪੋਰਟ ਹੋਵੇ, ਸਾਰੀ ਡਾਕਟਰੀ ਰਿਪੋਰਟ ਹੋਵੇ। ਹਾਂਜੀ ਹਾਂਜੀ, ਯਾ ਯਾ ਹਾਂਜੀ, ਮੈਡੀਕਲ ਐਵਿਡੈਂਸ ਹੋਵੇ ਤਾਂ ਆਪਾਂ ਯਾ ਕਰ ਸਕਦੇ। ਹਾਂਜੀ, ਤੇ ਫੀਸ ਭਾਜੀ ਕਿੰਨੀ ਹੈ ਜੀ ਸਾਰੀ? ਭਾਜੀ ਆਪਾਂ ਡਿਸਕਸ ਕਰ ਸਕਦੇ, ਨੋ ਪ੍ਰੋਬਲਮ। ਪਹਿਲੀ ਸਲਾਹ ਜਿਹੜੀ ਹੈਗੀ ਆਪਣੀ ਫ੍ਰੀ ਆ, ਤੁਹਾਨੂੰ ਸਲਾਹ ਪਹਿਲੀ ਫ੍ਰੀ ਮਿਲੂਗੀ ਜੀ, ਜੋ ਤੁਸੀਂ ਇਹਨਾਂ ਦੇ ਨਾਲ ਕੰਟੈਕਟ ਕਰੋਗੇ, ਸਲਾਹ ਤੁਹਾਨੂੰ ਦੇਣਗੇ, ਉਸ ਤੋਂ ਬਾਅਦ ਫਿਰ ਤੁਸੀਂ ਇਹਨਾਂ ਦੇ ਨਾਲ ਕੰਟੈਕਟ ਕਰ ਲਿਓ, ਅਗਰ ਤੁਹਾਡਾ ਮਨ ਮੰਨੇ ਤਾਂ ਠੀਕ ਹੈ ਜੀ। ਤੇ 10% ਤੁਹਾਨੂੰ
ਐਕਸਟਰਾ ਛੋਟ ਜਿਹੜੀ ਆ ਉਹ ਮਿਲੂਗੀ ਹਾਂਜੀ ਅਸੀਂ ਮੰਗਾ ਸਕਦੇ ਆ ਜੀ ਹਾਂ ਹਾਂ ਠੀਕ ਹੈ ਜੀ ਓਕੇ ਜੀ ਬਹੁਤ ਵਧੀਆ ਜੀ ਜਿਵੇਂ ਇਹਨਾਂ ਦੇ ਉਹ ਅਸਲ ਦੇ ਕੁਐਸਚਨ ਸੀਗਾ ਇਹਨਾਂ ਦਾ ਜੀ ਕੇਵਲ ਸਿੰਘ ਜੀ ਜਿੱਦਾਂ ਕਿ ਇਹਨਾਂ ਦੀ ਲੜਕੀ ਉਹ 30 ਸਾਲ ਉੱਥੇ ਹੈ ਹਾਂਜੀ ਇੰਡੀਆ ਦੇ ਵਿੱਚ ਰਹਿ ਰਿਹਾ ਹਾਂਜੀ ਤੇ ਉਹ ਹੈਗੇ ਜੀ ਡਿਪਰੈਸ਼ਨ ਦੇ ਵਿੱਚ ਇਸ ਵੇਲੇ ਜਿਹੜਾ ਉਹਨਾਂ ਦਾ ਕਹਿਣਾ ਜਿਹੜਾ ਹੈ ਕਿ ਉਹ ਕਿਸ ਤਰ੍ਹਾਂ ਆ ਸਕਦੇ ਆ ਉਹ ਕੀ ਉਹਦੇ ਵਾਸਤੇ ਕੋਈ ਲਾਅ ਹੋ ਜਾਂ ਹਾਂਜੀ ਐਡਲਟ ਡਿਪੈਂਡੈਂਟ ਰਿਲੇਟਿਵ ਦਾ ਇੱਕ ਰੂਟ ਹੈ ਇਮੀਗ੍ਰੇਸ਼ਨ ਦੇ ਰੂਲਸ ਦੇ ਵਿੱਚ ਉਹਦੇ ਵਿੱਚ ਆਪਾਂ ਨੂੰ ਇਹ ਦੇਖਾਉਣਾ ਪੈਣਾ ਵੀ ਸਾਡਾ ਕੋਈ ਵੀ ਜਿਹੜਾ ਰਿਲੇਟਿਵ ਹੈਗਾ ਉਹਨੂੰ ਲੌਂਗ ਟਰਮ ਪਰਸਨਲ ਕੇਅਰ ਦੀ ਲੋੜ ਆ ਵੀ ਲੰਬੇ ਸਮੇਂ ਵਾਸਤੇ ਉਹਨੂੰ ਯੂ ਨੋ ਕੇਅਰ ਦੀ ਜ਼ਰੂਰਤ ਹੈਗੀ ਆ ਉਹਦੇ ਵਿੱਚ ਇੱਕ ਗੁਰਜਿੰਦਰ ਸਿੰਘ ਜੀ ਜਿਵੇਂ ਕਿ ਹੋ ਸਕਦਾ ਕਿ ਉਹ ਲੜਕੀ ਜਾਂ ਲੜਕਾ ਕੋਈ ਵੀ ਹੋਵੇ ਅਗਰ ਉਹ ਉੱਧਰ ਵਿਆਹ ਆਇਆ ਉਹਦਾ ਵਿਆਹ ਹੋਇਆ ਮੈਰਿਜ ਹੋਈ ਆ ਜਾਂ ਉਹਦੇ ਬੱਚੇ ਹੋਏ ਆ ਫਿਰ ਉਹਦੇ ਵਾਸਤੇ ਕੀ ਪ੍ਰੋਸੀਜਰ ਹੈਗਾ ਨਹੀਂ ਜੇ ਜੇ ਉਹ ਯੂ ਨੋ ਜੇ ਤੁਸੀਂ ਉਹਨਾਂ ਦੇ ਹਸਬੈਂਡ ਜਾਂ ਵਾਈਫ ਹੈਗੇ ਆ ਫਿਰ ਓਬਵੀਅਸਲੀ ਤੁਹਾਡਾ ਕੇਸ ਜੋ ਹੈ ਉਹ ਕਮਜ਼ੋਰ ਹੋ ਜਾਂਦਾ ਕਿਉਂਕਿ ਹੋ ਜਾਂਦਾ ਕਿਉਂਕਿ ਉੱਥੇ ਹੈਗਾ ਉਹਨਾਂ ਦੀ ਸਾਧਨ ਦੇ ਉਹਨਾਂ ਦੇ ਲੋਕਾਂ ਵਾਲੇ ਹੈਗੇ ਆ ਜੀ ਬਿਲਕੁਲ ਕੇਵਲ ਸਿੰਘ ਜੀ ਜਿਵੇਂ ਕਿ ਹੁਣ ਜੇ ਉੱਥੇ ਵਿਆਹ ਹੋਇਆ ਵਾ ਉਹਨਾਂ ਦਾ ਆਲਰੇਡੀ ਹਾਂਜੀ ਤੇ ਇਹਦਾ ਮਤਲਬ ਕਿ ਉਹ ਸ਼ੋਅ ਆ ਕਿ ਉਹ ਵਿਆਹ ਆ ਉਹਨਾਂ ਦਾ ਹੈਗਾ ਸਮਾਂ ਬੜਾ ਡਿਫਿਕਲਟ ਹੋ ਜਾਂਦਾ ਕਿਉਂਕਿ ਉੱਥੇ ਆਲਰੇਡੀ ਉਹਨਾਂ ਦਾ ਹਸਬੰਡ ਹੈਗਾ ਲੁੱਕ ਆਫਟਰ ਕਰਨ ਲਈ ਹਸਬੰਡ ਹੈਗਾ ਲੁੱਕ ਆਫਟਰ ਕਰਨ ਲਈ ਜੇ ਤਾਂ ਉਹਨਾਂ ਦਾ ਕੋਈ ਕੋਈ ਨਾ ਹੋਵੇ ਫਿਰ ਯਾਨੀ ਕਿ ਗਰਾਊਂਡ ਥੋੜੀ ਜਿਹਾ ਸਟਰੋਂਗ ਹੋ ਜਾਂਦੇ ਆ ਫਿਰ ਵੀ ਇਹਨਾਂ ਨੂੰ ਕਨਵਿੰਸ ਤਾਂ ਕਰਨਾ ਪਏਗਾ ਕਿ ਇਹ ਉਹਨੂੰ ਖਰਚਾ ਭੇਜਦੇ ਜਾਂ ਕਿੱਦਾਂ ਕਰਦੇ ਆ ਸਾਰਾ ਕੁਝ ਖਰਚਾ ਵੀ ਸ਼ੋਅ ਕਰਨਾ ਪਏਗਾ ਇਹਨਾਂ ਨੂੰ ਇਸ ਕਰਕੇ ਕਿਹਾ ਕਿ ਵੀ ਸਾਨੂੰ ਬਾਅਦ ਚ ਫੋਨ ਕਰਕੇ ਉਸ ਪ੍ਰੋਪਰਟੀ ਕੈਨ ਡਿਸਕਸ ਕਰਕੇ ਫੇਰ ਸਲਾਹ ਦੇ ਸਕਦੇ ਆ ਨਾ ਜੀ ਬਿਲਕੁਲ ਜੀ ਤੁਸੀਂ ਆਓ ਆਪਣਾ ਤੁਹਾਡਾ ਕੋਈ ਵੀ ਹੋਰ ਮਸਲਾ ਹੈ ਆਓ ਇਸ ਮਸਲੇ ਤੇ ਸਾਨੂੰ ਕਾਲ ਜ਼ਰੂਰ ਕਰੋ ਜੀ ਸਾਡਾ ਨੰਬਰ ਹੈ ਸਟੂਡੀਓ ਦਾ ਜੀ 01213801050 ਇਸ ਨੰਬਰ ਤੇ ਕਾਲ ਕਰਕੇ ਇਮੀਗ੍ਰੇਸ਼ਨ ਦਾ ਕੋਈ ਵੀ ਮਸਲਾ ਹੈਗਾ ਤੁਹਾਡਾ ਕਿਸੇ ਤਰ੍ਹਾਂ ਦਾ ਵੀ ਮਸਲਾ ਹੈਗਾ ਤੁਸੀਂ ਆਓ ਸਾਨੂੰ ਕਾਲ ਕਰੋ ਕਾਲਰ ਆਪਣੇ ਨਾਲ ਜੁੜੇ ਹੋਏ ਨੇ ਜੀ ਤੇ ਉਹਨਾਂ ਦਾ ਆਪਾਂ ਸਵਾਲ ਪੁੱਛਦੇ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮੈਂ ਸੁਖਤਾਰ ਸਿੰਘ ਬੋਲਦਾ ਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਮੈਂ ਜਿਹੜਾ ਅਸੀਂ ਮੈਂ ਡਿਪੈਂਡੈਂਟ ਵੀਜ਼ੇ ਤੇ ਆਇਆ ਹੋਇਆ ਜੀ ਤੇ ਮੈਂ ਜਾਣਨਾ ਚਾਹੁੰਦਾ ਕਿ ਜਿੱਦਾਂ ਕਿ ਸਟੂਡੈਂਟ ਨੂੰ ਵਰਕ ਪਰਮਿਟ ਮਿਲਦਾ ਹੈਗਾ ਚਾਂਸਸ ਕਿੱਦਾਂ ਕੀ ਨਹੀਂ ਹਜੇ ਹਾਂਜੀ ਭਾਅ ਜੀ ਤੁਸੀਂ ਕਦੋਂ ਗ੍ਰੈਜੂਏਟ ਹੋ ਰਹੇ ਤੁਹਾਡੀ ਵਾਈਫ ਅਸੀਂ ਆ ਜਨਵਰੀ ਚ ਆਏ ਜੀ 2020 ਜਨਵਰੀ ਚ ਹਾਂਜੀ ਸਰ ਤੁਸੀਂ ਸਰ ਤੁਸੀਂ ਮੋਲਿਸ ਸਾਲ ਤੋਂ ਬਾਅਦ ਹੀ ਤੁਸੀਂ ਗ੍ਰੈਜੂਏਟ ਹੋਵੋਗੇ ਨਾ ਹਾਂਜੀ ਤੁਸੀਂ ਗ੍ਰੈਜੂਏਟ ਕਦੋਂ ਹੋ ਰਹੇ ਆ ਸਟੱਡੀਜ਼ ਕਦੋਂ ਫਿਨਿਸ਼ ਸਪਟੈਂਬਰ 2021 ਹਾਂਜੀ ਸਰ ਸੋ ਸਰਕਾਰ ਦੇ ਐਲਾਨ ਦੇ ਹਿਸਾਬ ਨਾਲ ਤੁਸੀਂ PSW ਦੇ ਹੱਕਦਾਰ ਹੋਣੇ ਚਾਹੀਦੇ ਆ ਹਾਂਜੀ ਓਕੇ ਠੀਕ ਹੈ ਜੀ ਮਤਲਬ ਉਹ ਇਹ ਪੁੱਛਦੇ ਸੀਗੇ ਕਿ ਇਹ ਜਿਸ ਤਰ੍ਹਾਂ ਇਹ ਡਿਪੈਂਡੈਂਟ ਹੈ ਹਾਂਜੀ ਇਹਨਾਂ ਦੀ ਵਾਈਫ ਜਿਹੜੀ ਆ ਨਾ ਹਾਂਜੀ ਉਹ ਇੱਥੇ ਸਟੱਡੀ ਕਰਨ ਵਾਸਤੇ ਆਈ ਆ ਹਾਂਜੀ ਔਰ ਜਿਹੜੀ ਗ੍ਰੈਜੂਏਸ਼ਨ ਉਹਨਾਂ ਨੂੰ ਮਿਲ ਕਰ ਕੇ ਉਹਨਾਂ ਨੇ ਨੈਕਸਟ ਈਅਰ ਜਿਵੇਂ ਦੱਸਿਆ 21 ਦੇ ਵਿੱਚ ਹਾਂਜੀ ਅਗਰ ਗ੍ਰੈਜੂਏਸ਼ਨ ਉਹਨਾਂ ਨੂੰ ਮਿਲ ਜਾਂਦੀ ਆ ਉਸ ਤੋਂ ਬਾਅਦ ਫਿਰ ਕੰਮ ਦਾ ਜ਼ਰੂਰੀ ਆ ਜਾਂ ਕਿਸ ਤਰ੍ਹਾਂ ਆਪਣੇ ਕੋਲ ਕਾਲਰ ਜੁੜੇ ਹੋਏ ਨੇ ਸੋ ਆਪਾਂ ਉਹਨਾਂ ਦਾ ਪਹਿਲਾ ਸਵਾਲ ਪੁੱਛਿਆ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਫਤਿਹ ਜੀ ਹਾਂਜੀ ਹਾਂਜੀ ਕੀ ਪੁੱਛਣਾ ਚਾਹੁੰਦੇ ਹੋ ਭਾਜੀ ਮੇਰਾ ਹਾਂਜੀ ਸਵਾਲ ਆ ਤੁਹਾਡੇ ਨਾਲ ਜੀ ਜੀ ਇਹ ਭਾਜੀ ਮੇਰਾ ਭਰਾ ਆ ਜਿੱਦਾਂ ਇਟਲੀ ਵਿੱਚ ਯੂਰਪ ਵਿੱਚ ਹਾਂਜੀ ਤੇ ਮੈਂ ਉਹਦਾ ਇੱਥੇ ਪੱਕਾ ਆ ਮੇਰੇ ਕੋਲ ਸਿਟੀਜ਼ਨ ਆ ਤੇ ਆਪਾਂ ਉਹਨੂੰ ਇੱਥੇ ਕੰਮ ਦੇ ਬੇਸ ਤੇ ਬੁਲਾ ਸਕਦੇ ਆ ਹਾਂਜੀ ਜੇ ਉਹ ਇਟਾਲੀਅਨ ਨੈਸ਼ਨਲ ਆ ਹਜੇ ਇੰਗਲੈਂਡ ਨੇ ਪੂਰੀ ਤਰ੍ਹਾਂ ਇੰਗਲੈਂਡ ਯੂਰਪ ਨਹੀਂ ਛੱਡਿਆ ਸੋ ਹਜੇ ਵੀ ਉਹ ਆਪਣੇ ਫਰੀ ਮੂਵਮੈਂਟਸ ਰਾਈਟ ਜਿਹੜੇ ਹੈਗੇ ਐਕਸਰਸਾਈਜ਼ ਕਰ ਸਕਦੇ ਆ ਸੋ ਜੇ ਉਹ ਇੱਥੇ ਆਉਂਦੇ ਆ ਐਜ਼ ਅ ਵਰਕਰ ਸੈਲਫ ਇੰਪਲੋਇਡ ਜਾਂ ਸੈਲਫ ਸਫੀਸ਼ੀਐਂਟ ਹਾਂਜੀ ਉਹਨਾਂ ਕੋ ਪਾਸਪੋਰਟ ਪਰ ਉਹ ਸਿਟੀਜ਼ਨ ਨਹੀਂ ਹੈਗੇ ਆ ਨਾ ਅੱਛਾ ਜੀ ਹਾਂਜੀ ਅੱਛਾ ਉਦਾਂ ਯਾਨੀ ਕਿ ਉੱਥੇ ਪੱਕੇ ਆ ਹਾਂਜੀ ਨਹੀਂ ਭਾਜੀ ਕੰਮ ਕਰਦੇ ਆ ਨਹੀਂ ਭਾਜੀ ਉਹਨਾਂ ਨੂੰ ਸਿਟੀਜ਼ਨਸ਼ਿਪ ਚਾਹੀਦੀ ਉੱਥੇ ਦੀ ਕਿਸੇ ਟੀਅਰ 2 ਸਪਾਂਸਰ ਦੇ ਨਾਲ ਸੋ ਫੇ ਕੰਮ ਦੇ ਬੇਸ ਤੇ ਵੀ ਆ ਸਕਦੇ ਆ ਸੋ ਡਿਪੈਂਡ ਕਰਦਾ ਨਹੀਂ ਉਹ ਉੱਥੇ ਜਿਹੜਾ ਟਰੱਕ ਚਲਾਉਂਦੇ ਆ ਅੱਛਾ ਜੀ ਤੇ ਸਾਡਾ ਵੀ ਇੱਥੇ ਕੰਮ ਜਿਹਦਾ ਆਪਣਾ ਟਰੱਕਾਂ ਦਾ ਹੀ ਆ ਅੱਛਾ ਜੀ ਤੇ ਇਦਾਂ ਅਸੀਂ ਉਹਨੂੰ ਕੁਝ ਨਹੀਂ ਤਾਂ ਪੇਪਰ ਪਾ ਨਹੀਂ ਸਕਦੇ ਜੇ ਸਭ ਵੀ ਕਹਿ ਨਹੀਂ ਸਕਦੇ ਵੀ ਸਾਨੂੰ ਇੱਥੇ ਬੰਦੇ ਦੀ ਲੋੜ ਆ ਜੇ ਇਹ ਵਰਕ ਪਰਮਿਟ ਉਹਨਾਂ ਦਾ ਕਹਿਣ ਦਾ ਮਤਲਬ ਇਹ ਹੈ ਕਿ ਜੇ ਵਰਕ ਪਰਮਿਟ ਜਿਹੜਾ ਇਹ ਭੇਜਣ ਉਹਨਾਂ ਨੂੰ ਹਾਂਜੀ ਨਹੀਂ ਭਾਜੀ ਜਿਹੜਾ ਹੋਲੇਜ ਦੀ ਹੈ ਨਾ ਉਹ ਜਿਹੜੀ ਆਕੂਪੇਸ਼ਨ ਹੈ ਹੋਲੇਜ ਦੀ
उस काम की कैटेगरी च नहीं आते जिस स्पॉन्सरशिप परमिटेड है। हाँ जी ओके ठीक है साल हो गया बेबी अजे साडे नहीं होया मतलब बेबी अजे होया नहीं लिविंग रिलेशनशिप दे केस विच आपां नूं रिलेशनशिप चलो बॉर्डर वेल दे विच तां ना पै जांदा काफी औखा सवाल पूछा काफी कॉम्प्लिकेटेड पहला तो सवाल डॉक्यूमेंट्स चाहिए अनमैरिड पार्टनर के बेस से घट्टो घट्ट दो साल की रेजिडेंस चाहिए है भी असं दो साल इकट्ठे हैं है ना जे उस तो थोड़ा है होम ऑफिस जी डेफिनेशन है पार्टनर की वो तुसी मीट नहीं करते। हाँ जी पर सैकेंड थोड़ा सवाल येगा भी असं ब्याह करा सकते हैं कि नहीं। हाँ जी तुसी बिल्कुल करा सकते हैं ब्याह करवाना थोड़ा कानूनी राइट है मतलब ये रजिस्टर करा सकते हैं। हाँ जी ब्याह रजिस्टर करा सकते हैं जो इतने का प्रोसीजर है उन्होंने फॉलो करना पैना हाँ जी नोटिस देना पैना ब्याह करवाने का राइट रजिस्टर ऑफिस अपने लागे दे जाके उत्थे नोटिस देना पैना ब्याह का उत्थे इन्हां दी आई डी वगैरह चैक होनी है माड़ी मोटी इन्हां दी इंटरव्यू होनी है उन्होंने पूछना देखना भी कोई जोर जबरदस्ती तो नहीं हो रही जां कोई यू नो कोई फ्रॉड तो नहीं है जां कुछ राइट जी क्योंकि ये कच्चे आ रजिस्टर ऑफिस वालिया ने होम ऑफिस नूं दसना ही दसना है। जी बिल्कुल आपां तुसीं इस तरह करो जी वीर जी तुसीं इन्हां नूं बाद दे विच फोन लायो ते इन्हां दा नंबर तुसीं नोट कर लो स्क्रीन ते आ रहा तुहानूं फ्री एडवाइस आ जरूर इन्हां नूं कॉल करके पूरा आपां आंसर जिहड़ा तुसीं बिल्कुल लै लियो वैसे तो ना देता तो क्योंकि साढ़े कोई कॉलर अगर जुड़े हुए हैं उन्होंने भी आप जो जवाब देने ने सो आप अगले कॉलर उन्होंने जुड़ते हैं जी। वाहेगुरु जी का खालसा वाहेगुरु जी की फतेह जी। हेलो जी हाँ जी मैं सवाल कर चुका हाँ जिदा मैं बार बार जिदा कॉल आ रही थी। हाँ जी तुम सवाल कर दिता जाने हाँ जी मैं पूछ चुका ठीक है जी बहुत थोड़ा धन्यवाद है जी बहुत धन्यवाद ओके जी कॉलर अगले मेरे ख्याल अपने नाल जुड़े हुए ने। हाँ जी वाहेगुरु जी का खालसा वाहेगुरु जी की फतेह जी। कॉल ड्रॉप हो गई जी। एक आपां सवाल जरूर पूछिए कि जिवें कोई बंदा इत्थे पक्के तौर ते रह रिहा कॉलर अपने नाल जुड़ गए ने पूछिए जी। हाँ जी वाहेगुरु जी का खालसा वाहेगुरु जी की फतेह जी। पुराने पासपोर्ट से उस बाद जनवरी नवा पासपोर्ट बनाया तो नवा पासपोर्ट हम सू इंडिया जाना नवे पासपोर्ट से ट्रांसपोर्ट कराना पड़ना यह सही है तो पुराना पासपोर्ट नाल जा सकते हैं। हाँ जी जी यदि जानकारी है वो थोड़ा इंडियन हाई कमीशन तो मिल सकती है उन्होंने वैबसाइट पर तुम अगर जाओ काफ़ी इनफॉर्मेशन होंगी है माफ़ करना इंडियन एम्बसी का तो मैं कवर करता नहीं पर जितने तक मैनू जानकारी है एज लोंग एज थोड़ा पुराना पासपोर्ट जोड़ा है तुम नवे के नाम ला लो तो उन्होंने थोड़ी ट्रैवल कर सकते हो उसके अच्छा जी हाँ जी ਉਹ
ਪੁੱਛਣਾ ਚਾਹੁੰਦੇ ਆ ਵੀ ਇਹ ਸਹੀ ਹੈ ਕਿ ਉਹ ਏਅਰਲਾਈਨ ਹੀ ਸਾਨੂੰ ਇੱਦਾਂ ਧੋਖਾ ਦੇ ਰਹੀ ਹੈ। ਹਾਂਜੀ, ਇਹ ਤੁਸੀਂ ਇੰਡੀਅਨ ਐਂਬੈਸੀ ਤੋਂ ਤੁਸੀਂ ਪਤਾ ਕਰ ਲਿਓ, ਉਹਨਾਂ ਦੀ ਵੈਬਸਾਈਟ 'ਤੇ ਜਾ ਕੇ ਉੱਥੇ ਸਾਰੀ ਇਨਫੋਰਮੇਸ਼ਨ ਉੱਥੇ ਹੁੰਦੀ ਹੈ। ਹਾਂਜੀ ਠੀਕ ਹੈ ਜੀ, ਸਾਡੇ ਕੋਲ ਅਗਲੇ ਕਾਲ ਤੋਂ ਜੁੜੇ ਹੋਏ ਨੇ, ਆਪਾਂ ਉਹਨਾਂ ਦਾ ਪੁੱਛਿਆ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹੈਲੋ, ਹੈਲੋ, ਹਾਂਜੀ ਕੀ ਪੁੱਛਣਾ ਚਾਹੁੰਦੇ ਹੋ ਜੀ? ਬਹੁਤ ਸਵਾਗਤ ਤੁਹਾਡਾ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਵੀਰ ਜੀ, ਮੈਂ ਇਹ ਪੁੱਛਣਾ ਚਾਹੁੰਦੀ ਹਾਂ ਕਿ ਜਿੱਦਾਂ ਆਪਾਂ ਇੰਡੀਆ ਤੋਂ ਜਿੱਦਾਂ ਕਿਸੇ ਨੂੰ ਆਉਣਾ ਆ, ਉਹਦੇ ਲਈ ਵਰਕ ਪਰਮਿਟ ਖੁੱਲੇ ਆ ਜਾਂ ਨਹੀਂ ਖੁੱਲੇ? ਤੇ ਇੱਕ ਦੂਸਰਾ ਸਵਾਲ ਮੇਰਾ ਇਹ ਆ ਕਿ ਆਪਾਂ ਜਿੱਦਾਂ ਹੁਣ ਜਿਹੜੇ 7 ਸਾਲਾਂ ਵਾਲੇ ਪੱਕੇ ਹੋਏ ਜਾਂ 2.5 ਸਾਲ ਦਾ ਵੀਜ਼ਾ ਉਹਨਾਂ ਨੂੰ ਮਿਲਿਆ, ਤੇ ਕੀ ਉਹ ਇਨਡੈਫੀਨਿਟ ਨਾਰਮਲੀ ਤਾਂ 10 ਸਾਲ ਬਾਅਦ ਅਪਲਾਈ ਕਰ ਸਕਦੇ, ਕੀ ਉਹ ਉਦਾਂ ਪਹਿਲਾਂ ਕਰ ਸਕਦੇ ਆ? ਕੋਈ ਨਾ ਕੋਈ ਉਹਨਾਂ ਦੀ ਜਿਹੜੀ ਰਿਕੁਆਇਰਮੈਂਟ ਸੀਗੀ ਜਦੋਂ ਤੁਸੀਂ ਅਪਲਾਈ ਕੀਤਾ ਉਸ ਟਾਈਮ ਨਹੀਂ ਸੀ ਪੂਰੀ ਕਰ ਸਕਦੇ ਸੀਗੇ, ਹੋ ਸਕਦਾ ਤੁਹਾਡੇ ਕੋਲ ਉਸ ਟਾਈਮ ਸਟੇਟਸ ਨਹੀਂ ਸੀਗੀ ਜਾਂ ਤੁਹਾਡੀ ਫਾਈਨੈਂਸ਼ੀਅਲ ਰਿਕੁਆਇਰਮੈਂਟ ਨਹੀਂ ਸੀ ਮੀਟ ਕਰ ਪਾ ਰਹੇ ਜਾਂ ਇੰਗਲਿਸ਼ ਤਾਂ ਨਹੀਂ ਸੀ ਤੁਸੀਂ ਕੀਤਾ ਜਾਂ ਕੁਛ ਵੀ ਸੀਗਾ, ਐਜ਼ ਲੌਂਗ ਐਜ਼ ਤੁਸੀਂ ਉਹ ਰਿਕੁਆਇਰਮੈਂਟ ਫੁਲਫਿਲ ਕਰ ਦਿਓ ਤਾਂ ਤੁਸੀਂ ਸਵਿਚ ਕਰ ਸਕਦੇ। ਹਾਂਜੀ, ਦੁਬਾਰਾ 5 ਸਾਲ ਦੇ ਰੂਟ 'ਚ, ਪਰ ਹਰੇਕ ਦੀ ਯੂਨੋ ਸਰਕਮਸਟਾਂਸਿਸ ਨੂੰ ਆਪਣਾ ਦੇਖ ਕੇ ਹੋਏ ਯੂਨੋ ਫਿਰ ਆਪਾਂ ਅਸੈਸਮੈਂਟ ਉਹ ਪੂਰਾ ਤੁਹਾਨੂੰ ਦੱਸ ਸਕਦੇ ਹਾਂ। ਜੀ ਬਿਲਕੁਲ, ਤੁਸੀਂ ਕਾਲ ਕਰਿਓ ਜੀ, ਨੰਬਰ ਨੋਟ ਕਰ ਲਓ ਸਕਰੀਨ 'ਤੇ ਆ ਰਿਹਾ ਜੀ, ਫਿਰ ਪੂਰੀ ਜਾਣਕਾਰੀ ਤੁਹਾਨੂੰ ਇਹ ਫ੍ਰੀ ਦੇਣਗੇ ਐਡਵਾਈਸ, ਤੁਸੀਂ ਕਾਲ ਜ਼ਰੂਰ ਕਰੋ। ਇੱਕ ਸਵਾਲ ਹੋਰ ਆਪਾਂ ਕਰਨਾ ਚਾਹੁੰਦੇ ਹਾਂ, ਕੋਈ ਬੰਦਾ ਇੱਥੇ ਬ੍ਰਿਟਿਸ਼ ਪਾਸਪੋਰਟ 'ਤੇ ਰਹਿ ਰਿਹਾ, ਉਹ ਕਹਿੰਦਾ ਕਿ ਮੈਂ ਹੁਣ ਪਰਮਾਨੈਂਟਲੀ ਇੰਡੀਆ ਜਾ ਕੇ ਰਹਿਣਾ ਵਾਂ, ਅਤੇ ਜਾਂ ਕੋਈ ਇੰਡੀਅਨ ਪਾਸਪੋਰਟ ਆ ਤਾਂ ਕੋਈ ਡੈਫੀਨੇਟ ਸੁਨੇਹਾ ਇੱਥੇ, ਜੇ ਤਾਂ ਉਹ ਇੰਡੀਅਨ ਪਾਸਪੋਰਟ 'ਤੇ ਰਹਿੰਦਾ ਆ ਅਤੇ ਉਹਦੀ ਪੈਨਸ਼ਨ ਜਿਹੜੀ ਆ ਜਾਂ ਬ੍ਰਿਟਿਸ਼ ਪਾਸਪੋਰਟ 'ਤੇ ਰਹਿ ਰਿਹਾ ਇੱਥੇ, ਉਹਦੀ ਪੈਨਸ਼ਨ ਉਹਨੂੰ ਇੰਡੀਆ ਵਿੱਚ ਮਿਲ ਸਕਦੀ ਹੈ? ਹਾਂਜੀ, ਮਿਲ ਸਕਦੀ ਆ, ਜੇ ਉਹ ਇੱਥੇ ਪੈਨਸ਼ਨ ਦੇ ਹੱਕਦਾਰ ਹੈਗੇ ਆ, ਉਹ ਇੰਟਾਈਟਲਮੈਂਟ ਰਹਿੰਦੀ ਆ। ਜੇ ਇੰਡੈਫੀਨਿਟ ਲੀਵ ਆ ਉਹਨਾਂ ਕੋਲ ਤਾਂ ਉਹਨਾਂ ਨੂੰ ਮੇਕ ਸ਼ੋਰ ਕਰਨਾ ਪੈਣਾ ਵੀ ਉਹ 2 ਸਾਲ ਤੋਂ ਵੱਧ ਨਾ ਉੱਥੇ ਰਹਿਣ ਜੇ ਇੰਡੀਅਨ ਪਾਸਪੋਰਟ ਆ। ਜੀ ਜੀ, ਠੀਕ ਹੈ ਜੀ, ਜੇ ਇੰਡੀਅਨ ਪਾਸਪੋਰਟ ਆ ਪਿਆਰੇ ਦਰਸ਼ਕੋ, ਤੁਸੀਂ ਉੱਥੇ 2 ਸਾਲ ਤੋਂ ਵੱਧ ਨਹੀਂ ਰਹਿ ਸਕਦੇ, ਪੈਨਸ਼ਨ ਤੁਹਾਡੀ ਜਾ ਸਕਦੀ ਆ ਉੱਥੇ ਜ਼ਰੂਰ। ਅਗਰ ਬ੍ਰਿਟਿਸ਼ ਪਾਸਪੋਰਟ ਆ ਜੀ, ਫਿਰ ਪੈਨਸ਼ਨ ਉੱਥੇ ਮਿਲ ਸਕਦੀ ਆ? ਹਾਂਜੀ, ਪੈਨਸ਼ਨ ਮਿਲ ਸਕਦੀ, ਫਿਰ ਵੀ ਲੈ ਸਕਦੇ ਆ। ਅਤੇ ਫਿਰ ਕਿੰਨੇ ਸਾਲ ਬਾਅਦ ਤੁਹਾਨੂੰ ਇੱਥੇ ਵਾਪਸ ਆਉਣਾ ਪਏਗਾ ਜਾਂ ਤੁਹਾਨੂੰ ਗੇੜਾ ਮਾਰਨਾ ਪਏਗਾ ਜਾਂ ਕੀ ਕਰਨਾ ਪਏਗਾ? ਜੇ ਤੁਸੀਂ ਬ੍ਰਿਟਿਸ਼ ਆ ਤਾਂ ਫਿਰ ਤਾਂ ਕੋਈ ਰਿਕੁਆਇਰਮੈਂਟ ਨਹੀਂ ਹੈਗੀ, ਰਿਕੁਆਇਰਮੈਂਟ ਨਹੀਂ ਕੋਈ, ਇਸ ਪੈਨਸ਼ਨ ਦੀ ਰਿਕੁਆਇਰਮੈਂਟ ਨਹੀਂ, ਪਰ ਉਸ ਗਵਰਨਮੈਂਟ ਦੀ ਕੀ ਰਿਕੁਆਇਰਮੈਂਟ ਹੈਗੀ ਉਹ ਤੁਹਾਨੂੰ ਦੇਖਣਾ। ਉਹਦਾ ਤੁਹਾਨੂੰ ਸਟੇਟਸ ਕੀ ਹੈ, ਤੁਹਾਡੇ ਕੋਲ OCI ਆ, ਤੁਹਾਡੇ ਕੋਲ ਵੀਜ਼ਾ ਆ 6 ਮਹੀਨੇ ਦਾ, ਤੇ ਤੁਹਾਨੂੰ ਉੱਥੇ ਹੋਰ ਐਕਸਟੈਂਡ ਕਰਾਉਣਾ ਪਏਗਾ, ਉਹ ਦਿੰਦੇ ਆ ਨਹੀਂ, ਉਹ ਤੁਹਾਨੂੰ ਦੇਖਣਾ ਪੈਣਾ, ਉਹਨਾਂ ਤੇ ਡਿਪੈਂਡ ਕਰਦਾ, ਉਹ ਡਿਪੈਂਡ ਕਰਦਾ। ਜੇ OCI ਆ ਫਿਰ ਤਾਂ ਤੁਸੀਂ ਉੱਥੇ ਰਹਿ ਸਕਦੇ ਆ, ਅਗਰ ਤੁਹਾਡੇ ਕੋਲ ਉਦਾਂ 6 ਮਹੀਨੇ ਦਾ ਵੀਜ਼ਾ ਬ੍ਰਿਟਿਸ਼ ਪਾਸਪੋਰਟ 'ਤੇ, ਫਿਰ ਨਹੀਂ ਤੁਸੀਂ ਵੱਧ ਰਹਿ ਸਕਦੇ ਹੋ ਉੱਥੇ, ਪੈਨਸ਼ਨ ਤੁਸੀਂ ਲੈ ਸਕਦੇ ਆ ਪਿਆਰੇ ਦਰਸ਼ਕੋ। ਸੋ ਜਿਹੜਾ ਕਿ ਆਪਣਾ ਅਸੀਂ ਸਾਡੇ ਜਿੰਨੇ ਵੀ ਦਰਸ਼ਕ ਅੱਜ ਜਿਹਨਾਂ ਨੇ ਸਾਨੂੰ ਕਾਲਰ ਸਾਡੇ ਕਾਲਾਂ ਕੀਤੀਆਂ ਨੇ, ਅਸੀਂ ਬਹੁਤ ਧੰਨਵਾਦ ਉਹਨਾਂ ਦਾ ਕਰਦੇ ਹਾਂ ਜੀ। ਸੋ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਅੱਜ ਕੇਵਲ ਸਿੰਘ ਜੀ, ਤੁਹਾਨੂੰ ਤਾਂ ਸਵਾਲ ਹੀ ਬਹੁਤ ਘੱਟ ਪੁੱਛ ਹੋਏ ਆ। ਚਲੋ ਜੀ, ਮੈਂ ਸਿਆਣਾ ਬੰਦਾ ਹਾਂ, ਥੋੜ੍ਹੀ ਰੈਸਟ ਵੀ ਚਾਹੀਦੀ ਹੈ। ਚਲੋ, ਤੁਸੀਂ ਆਪਣੇ ਵੱਲੋਂ ਕੀ ਸਾਡੇ ਦਰਸ਼ਕਾਂ ਨੂੰ ਜਿਹੜੀ ਆ ਸਲਾਹ ਦੇਣੀ ਚਾਹੁੰਦੇ ਹੋ ਜਾਂ ਤੁਸੀਂ ਕਹਿਣਾ ਚਾਹੁੰਦੇ ਹੋ? ਮੈਂ ਕਹਿੰਦਾ ਜੀ, ਸਿੱਖ ਚੈਨਲ ਨੂੰ ਤੁਸੀਂ ਵੱਧ ਤੋਂ ਵੱਧ ਲਾਭ ਉਠਾਓ ਔਰ ਇਹਨੂੰ ਦੇਖੋ, ਸਪੋਰਟ ਕਰੋ, ਜਿਹੜਾ ਹੋਰ ਵੀ ਲੋਕ ਨਾਲ ਜੁੜਨਗੇ, ਜਿੰਨਾ ਹੀ ਨਾਲ ਜੁੜਨਗੇ ਉਨਾ ਹੀ ਵਧੀਆ ਤੋਂ ਵਧੀਆ ਪ੍ਰੋਗਰਾਮ ਲੈ ਕੇ ਸਿੱਖ ਚੈਨਲ ਆਏਗਾ ਤੁਹਾਡੇ ਲਈ। ਜੀ ਬਿਲਕੁਲ, ਅਤੇ ਜਿਸ ਤਰ੍ਹਾਂ ਅਸੀਂ ਵੀ ਆਏ ਹਾਂ, ਆਪਣਾ ਸ਼ੋਅ ਕਰ ਰਹੇ ਹਾਂ, ਐਡਵਾਈਸ ਦਿੰਦੇ ਹਾਂ, ਫ੍ਰੀ ਵੀ ਐਡਵਾਈਸ ਦਿੰਦੇ ਹਾਂ, ਬਾਅਦ ਦੇ ਵਿੱਚ ਵੀ ਸਾਨੂੰ ਪਲੀਜ਼ ਫੋਨ ਕਰਿਓ ਜਿਹਨੂੰ ਵੀ ਕਿਸੇ ਨੂੰ ਸਲਾਹ ਚਾਹੀਦੀ ਆ ਜਾਂ ਨਹੀਂ ਪੂਰੀ ਸਲਾਹ ਦੇ ਸਕੇ ਇੱਥੇ, ਅਤੇ ਉਹਨੂੰ ਚੰਗੀ ਤਰ੍ਹਾਂ ਸਮਝਾ ਦਿਆਂਗੇ। ਕੋਈ ਗੱਲ ਨਹੀਂ ਹੈਗੀ, ਸਾਡਾ ਮਤ ਫਰਜ਼ ਹੀ ਇਹ ਆ ਕਿ ਅਸੀਂ ਤੁਹਾਡੀ ਵੱਧ ਤੋਂ ਵੱਧ ਹੈਲਪ ਕਰੀਏ, ਹੈਲਪ ਕਰੀਏ। ਹਾਂਜੀ ਬਿਲਕੁਲ, ਗੁਰਜਿੰਦਰ ਸਿੰਘ ਜੀ, ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਹਾਂਜੀ, ਮੈਂ ਜੋ ਡੈਡ ਕਹਿੰਦੇ ਮੈਂ ਵੀ ਉਹਨਾਂ ਨਾਲ ਸਹਿਮਤ ਹਾਂ। ਹਾਂਜੀ, ਵੀ ਇਹ ਸ਼ੋਅ ਦਾ ਪਲੈਟਫਾਰਮ ਹੀ ਕਈ ਵਾਰੀ ਇਸ ਤਰ੍ਹਾਂ ਦਾ ਹੁੰਦਾ, ਸਾਨੂੰ ਕਾਫੀ ਜਦੋਂ ਲੋਕ ਕਹਿੰਦੇ ਆ ਵੀ ਭਾਅ ਜੀ ਤੁਸੀਂ ਸਾਡੀ ਗੱਲ ਦਾ ਜਵਾਬ ਨਹੀਂ ਦਿੱਤਾ, ਪਰ ਇਹ ਇੱਕ ਜਨੈਰਿਕ ਇਨਫੋਰਮੇਸ਼ਨ ਸ਼ੋਅ ਹੈਗਾ, ਜੇ ਅਸੀਂ ਨਹੀਂ ਪੂਰੀ ਤਰ੍ਹਾਂ ਤੁਹਾਡੀ ਗੱਲ ਦਾ ਜਵਾਬ ਦੇ ਸਕੇ ਅਸੀਂ ਉਹਦੇ ਲਈ ਮਾਫ਼ੀ ਮੰਗਦੇ ਹਾਂ। ਤੁਸੀਂ ਪਲੀਜ਼ ਕੰਟੈਕਟ ਕਰੋ ਤਾਂ ਅਸੀਂ ਤੁਹਾਡੀ ਬਰੀਕੀ ਦੇ ਨਾਲ ਸਮਝ ਕੇ ਉਹਦੇ 'ਤੇ ਆਪਾਂ ਵਿਚਾਰ ਕਰ ਸਕਦੇ। ਹਾਂਜੀ, ਨੋ ਪ੍ਰੋਬਲਮ ਜੀ। ਬਿਲਕੁਲ ਪਿਆਰੇ ਦਰਸ਼ਕੋ, ਅਸੀਂ ਆਪ ਜੀ ਨੂੰ ਇਹ ਬੇਨਤੀ ਕਰਦੇ ਹਾਂ ਜੀ ਕਿ ਹਰ ਸੈਚਰਡੇ, ਹਰ ਸ਼ਨੀਵਾਰ ਕੇਵਲ ਲੋਇਨ ਸੋਲਿਸਟਰ ਜਿਹੜੇ ਨੇ ਉਹ ਇੱਥੇ ਸਟੂਡੀਓ ਵਿੱਚ ਹਾਜ਼ਰ ਹੁੰਦੇ ਨੇ 6 ਵਜੇ ਤੋਂ ਲੈ ਕੇ 7 ਵਜੇ ਤੱਕ। ਤੁਸੀਂ ਆਪਣਾ ਕੋਈ ਵੀ ਸਵਾਲ, ਉਹਦਾ ਜਵਾਬ ਤੁਸੀਂ ਲੈਣਾ, ਤੁਸੀਂ ਜਵਾਬ ਲੈ ਸਕਦੇ ਹੋ। ਐਡਰੈਸ ਮੈਂ ਇੱਕ ਵਾਰੀ ਉਹਨਾਂ ਦਾ ਫਿਰ ਦੱਸ ਦੇਵਾਂ, ਤੁਸੀਂ ਆਉਣਾ ਵੀ ਚਾਹੋ ਆ ਸਕਦੇ ਹੋ। ਅਤੇ ਉਹਨਾਂ ਦਾ ਐਡਰੈਸ ਹੈ ਜੀ 170 ਨੰਬਰ A, ਅਤੇ ਉਸ ਤੋਂ ਬਾਅਦ ਸੋਹੋ ਰੋਡ, ਬਰਮਿੰਗਮ, ਪੋਸਟ ਕੋਡ ਹੈ ਜੀ 20219LP
फिर एक बार एड्रैस बोल दें जी, 170A सोहो रोड बर्मिंगम V21 9LPA उन्होंने एड्रैस है जी। तुम जो मर्जी आके उन्होंने एडवाइस लै सकते हैं जी। सिख चैनल का तुम जरूर इन्हों दस्यो, तुहानू 10% डिस्काउंट भी देंगे अगर तुम केस कोई इन्हों राही करना वा। तो जे तुम सिख चैनल के व्यूवर हो तो 10% होर भी छोट मिल जाएगी। तो चंगी सलाह होर भी लैन वास्ते जरूर इन्हों कॉल करो। नंबर एक बार स्क्रीन पर आ रहा जी, तुम नोट कर लो नंबर इन्हों का। नंबर करके टैलीफोन करके इन्होंने बाद गलबात भी कर सकते हो जी। तुहाडा सब का बहुत ही असं धन्यवाद करते हैं जी। सो इस करके जे असी जवाब चंगी तरह ना दे होए साडे तो जां ना दिते गए होण ते तुसीं फिर सानू कॉल जरूर कर लियो जी। इन्हां नूं कॉल कर लियो जी, तुसीं अपने जिहड़े जवाब वो जरूर लै लियो जी। बहुत बहुत तुहाडा धन्यवाद है। सब दे आपो अपने विचार ने। तो केवल सिंह जी ते गुरजिंदर सिंह जी, आपां हुण दर्शकां तों इजाजत लईए जी। इस करके आओ प्यार दर्शकों, तो 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 इजाजत मांगते हैं जी। वेख दे लो सिख चैनल, सिख चैनल तुहाडा अपना चैनल है जी। बुलाओ फतेह। वाहिगुरु जी का खालसा, वाहिगुरु जी की फतेह।